ਸੋ ਹਾਂ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦੇ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਬਾਈ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਸਾਇੰਸ ਦੇ ਜਿਹੜੇ ਹੈ ਐਮਸੀਕਿਊ ਡਿਸਕਸ ਕਰਾਂਗੇ ਪਾਰਟ ਨੰਬਰ ਆਪਣਾ 3rd ਰਹੇਗਾ ਇਸ ਤੋਂ ਪ ਸੋ ਇਹ ਕਲਾਸ ਜਿਹੜੀਆਂ ਤੁਹਾਨੂੰ ਨੂੰ ਪੰਜਾਬ ਅਤੇ ਇੰਡੀਆ ਲੈਵਲ ਦੇ ਸਾਰੇ ਹੀ ਐਗਜ਼ਾਮ ਦੇ ਵਿੱਚ ਹੈਲਪ ਹੋਣੀਆਂ ਜਿੱਥੇ ਵੀ ਕੋਈ ਸਾਇੰਸ ਦਾ ਜਿਹੜਾ ਕੁਐਸਚਨ ਆਉਂਦਾ ਹੈ ਤਾਂ ਉਹ ਤੁਸੀਂ ਇਸ ਦੇ ਨਾਲ ਕਵਰ ਕਰ ਸਕਦੇ ਹੈ ਕਿਉਂਕਿ ਸੋ ਸਾਇੰਸ ਨੂੰ ਲੈ ਕੇ ਜਿਹੜੇ ਇਹ ਆਪਣੇ ਚੈਨਲ ਦੇ ਉੱਪਰ ਆਪਾਂ 3000 ਕੁਐਸਚਨ ਦੀ ਐਮਸੀਕਿਊ ਸੀਰੀਜ਼ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਕਿ ਅੱਗੇ ਜੋ ਕਿ ਤੁਹਾਨੂੰ ਇਸੇ ਚੈਨਲ ਦੇ ਉੱਪਰ ਮਿਲ ਜਾਵੇਗੀ ਔਰ ਜੇਕਰ ਤੁਸੀਂ ਇਹਨਾਂ ਸਾਰਿਆਂ ਦੀ ਪੀਡੀਐਫ ਕਲੈਕਟ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਰਮਨ ਇੰਸਟੀਚਿਊਟ ਦੀ ਐਪ ਹੈ ਜੋ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉੱਥੇ ਜਾ ਕੇ ਤੁਸੀਂ ਪੇ ਕਰਕੇ ਜਿਹੜਾ ਹੈ ਇਹ ਪੀਡੀਐਫ ਕਲੈਕਟ ਕਰ ਸਕਦੇ ਹੈਗੇਓ ਕਲਾਸ ਜਿਹੜੀਆਂ ਨੇ ਉਹ ਤੁਹਾਨੂੰ YouTube ਦੇ ਉੱਪਰ ਹੀ ਅਵੇਲੇਬਲ ਮਿਲ ਜਾਣਗੀਆਂ WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੈਗੇਓ ਵੀਡੀਓ ਨੂੰ ਲਾਈਕ ਕਰਨਾ ਅਹ ਸੋ ਫਿਲਹਾਲ ਆਪਣੀ ਜਿਹੜੀ ਸਾਇੰਸ ਦੀ ਕਲਾਸ ਆ ਉਹ ਇੱਕ ਵਾਰੀ ਆਫਲਾਈਨ ਰਹੇਗੀ ਸੋ ਜੇਕਰ ਜ਼ਿਆਦਾ ਸਟੂਡੈਂਟ ਹੋ ਜਾਣਗੇ ਤਾਂ ਆਪਾਂ ਜਿਹੜੀ ਸਾਇੰਸ ਦੀ ਕਲਾਸ ਆ ਉਸ ਨੂੰ ਵੀ ਲਾਈਵ ਸੈਸ਼ਨ ਦੇ ਵਿੱਚ ਡਿਸਕਸ ਕਰਨਾ ਸ਼ੁਰੂ ਕਰ ਦੇਵਾਂਗੇ ਬਟ ਫਿਲਹਾਲ ਇੱਕ ਵਾਰੀ ਇਹ ਆਪਾਂ ਆਫਲਾਈਨ ਹੀ ਕਲਾਸ ਲਗਾਵਾਂਗੇ ਸੋ 3 ਨੰਬਰ ਆਪਣਾ ਇਹਦਾ ਪਾਰਟ ਹੈ ਜੀ ਸੋ ਪਹਿਲਾ ਕੁਐਸਚਨ ਹੈ ਇਹਦਾ ਸਭ ਤੋਂ ਦੁਰਲੱਭ ਜਾਂ ਸਭ ਤੋਂ ਇੰਪੋਰਟੈਂਟ ਜਿਹੜਾ ਤੱਤ ਹੈਗਾ ਉਹ ਇਹਨਾਂ ਦੇ ਵਿੱਚੋਂ ਕਿਹੜਾ ਹੈ ਐਸਟੇਟਿਨ ਹੈ ਰੈਡਾਨ ਹੈ ਯੂਰੇਨੀਅਮ ਹੈ ਜਾਂ ਲਿਥੀਅਮ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਦੁਰਲੱਭ ਸਭ ਤੋਂ ਵਧੀਆ ਜਾਂ ਸਭ ਤੋਂ ਖਾਸ ਤੱਤ ਜਿਹੜਾ ਹੈ ਉਹ ਕਿਹੜਾ ਹੈ ਜੀ ਜਿਸ ਦਾ ਨਾਮ ਹੈ ਜੀ ਐਸਟੇਟਿਨ ਸੇ ਸੱਤੋਂ ਇੰਪੋਰਟੈਂਟ ਜਾਂ ਸੱਤੋਂ ਦੁਰਲੱਭ ਤੱਤ ਹੈ ਜੋ ਕਿ ਸਾਡੀ ਧਰਤੀ ਦੀ ਕਰਸਟ ਦੇ ਵਿੱਚ ਜਿਹੜਾ ਪਾਇਆ ਜਾਂਦਾ ਹੈਗਾ ਐਸਟਾਈਨ ਜਿਹੜਾ ਹੈਗਾ ਇਹਦਾ ਜਿਹੜਾ ਸਿੰਬਲ ਹੈ ਸਾਇੰਸ ਦੇ ਵਿੱਚ ਉਹ ਏਟੀ ਦੇ ਨਾਲ ਜਿਹੜਾ ਹੈ ਇਸ ਨੂੰ ਪ੍ਰੈਜ਼ੈਂਟ ਕੀਤਾ ਜਾਂਦਾ ਹੈ ਤੇ ਇਹਦਾ ਪਰਮਾਣੂ ਅੰਕ ਜਿਹੜਾ ਹੈਗਾ ਉਹ 85 ਆ ਆ ਦੋਨੋਂ ਪੁਆਇੰਟ ਤੁਸੀਂ ਸਾਰੀਆਂ ਹੀ ਕਲਾਸਾਂ ਦੇ ਵਿੱਚ ਵੱਖਰੇ ਤੌਰ ਦੇ ਉੱਪਰ ਨੋਟ ਕਰ ਲਿਓ ਕਿਉਂਕਿ ਇਹ ਅਕਸਰ ਜਿਹੜੇ ਪੇਪਰਾਂ ਦੇ ਵਿੱਚ ਆਉਂਦੇ ਰਹਿੰਦੇ ਹੈ ਕਿ ਕਿਹੜੇ ਜਿਹੜਾ ਹੈ ਰਸਾਇਣਿਕ ਤੱਤ ਨੂੰ ਕਿਸ ਸਿੰਬਲ ਦੇ ਰੂਪ ਦੇ ਵਿੱਚ ਪ੍ਰੈਜੈਂਟ ਕੀਤਾ ਜਾਂਦਾ ਹੈ ਜਾਂ ਉਹਦਾ ਫਿਰ ਪਰਮਾਣੂ ਅੰਕ ਜਿਹੜਾ ਹੈ ਉਹ ਕਿੰਨਾ ਰਹਿੰਦਾ ਹੈ ਇਹ ਅਕਸਰ ਆਉਂਦੇ ਰਹਿੰਦੇ ਹੈਗੇ ਓਕੇ ਸਟਾਈਨ ਜਿਹੜਾ ਹੈਗਾ ਜੀ ਇਹ ਧਰਤੀ ਦੀ ਕ੍ਰਸਟ ਪਰਦੇ ਵਿੱਚ ਮਿਲਦਾ ਹੈ ਯਾਨੀ ਕਿ ਸਭ ਤੋਂ ਉੱਪਰਲੀ ਪਰਤ ਹੈ ਜਿਹੜੀ ਧਰਤੀ ਦੀ ਉਹਦੇ ਵਿੱਚ ਸਭ ਤੋਂ ਅਧਿਕ ਜਿਹੜਾ ਹੈ ਇਹ ਕੁਦਰਤੀ ਰੂਪ ਦੇ ਵਿੱਚ ਹੋਣ ਦੇ ਵਿੱਚ ਆਉਂਦਾ ਹੈਗਾ ਅਤੇ ਅਸਲਟਾਈਨ ਜਿਹੜਾ ਹੈਗਾ ਇਹਦੇ ਹੋਣ ਦੇ ਵਿੱਚ ਆਉਣ ਦਾ ਸਭ ਤੋਂ ਪ੍ਰਮੁੱਖ ਕਾਰਨ ਹੈ ਕਿ ਜਿਹੜੇ ਵੱਖ-ਵੱਖ ਪਾਰੀ ਭਰੀ ਤੱਤਾਂ ਦੇ ਸੜਨ ਦੇ ਉਤਪਾਦ ਦੇ ਬਜੋ ਜਾਨਕਿ ਜਿਹੜੇ ਜਿਹੜੇ ਵਿਭਾਰੀ ਤੱਤ ਹੈਗੇ ਨੇ ਜਦੋਂ ਉਹ ਆਪਸ ਦੇ ਵਿੱਚ ਸੜਦੇ ਹੈਗੇ ਨੇਗੇ ਤਾਂ ਉਹਨਾਂ ਦੇ ਸੜਨ ਦੇ ਉਤਪਾਦਨ ਤੋਂ ਜਿਹੜੀ ਚੀਜ਼ ਕ੍ਰੀਏਟ ਹੁੰਦੀ ਹੈਗੀ ਹੈਗੇ ਉਸ ਨੂੰ ਸਟਾਈਨ ਜਿਹੜਾ ਹੈ ਕਿਹਾ ਜਾਂਦਾ ਹੈਗਾਗਾ ਆਸਟਾਈਨ ਜਿਹੜਾ ਹੈ ਇਹਦੇ ਕਹਿੰਦੇ ਉਮਰ ਬਹੁਤ ਘੱਟ ਹੁੰਦੀ ਹੈ ਮਤਲਬ ਕਿ ਥੋੜੇ ਸਮੇਂ ਦੇ ਲਈ ਹੀ ਰਹਿੰਦੇ ਹੈਗੇ ਜਿਆਦਾ ਟਾਈਮ ਦੇ ਲਈ ਨਹੀਂ ਰਹਿੰਦਾ ਉਸ ਤੋਂ ਬਾਅਦ ਇਹ ਆਪਣੇ ਆਪ ਜਿਹੜਾ ਰਸਾਇਣਿਕ ਕਿਰਿਆ ਥਰੂ ਨਸ਼ਟ ਹੋ ਜਾਂਦੇ ਹੈਗੇ ਸਭ ਤੋਂ ਸਥਿਰ ਜੇਕਰ ਆਪਾਂ ਗੱਲ ਕਰਕੇ ਆਸਟਾਈਨ ਜਿਹੜਾ ਹੈਗਾ ਉਹ 210 ਹੈ ਸਭ ਤੋਂ ਸਥਿਰ ਠੀਕ ਹੈ ਸਭ ਤੋਂ ਸਥਿਰ ਦਾ ਮਤਲਬ ਸਭ ਤੋਂ ਲੰਬੇ ਸਮੇਂ ਤੱਕ ਜਿਹੜਾ ਹੈ ਇਹਨਾਂ ਦੇ ਵਿੱਚ ਰਹਿੰਦਾ ਹੈ ਸੋ ਹੈ ਜੀ ਆਸਟਾਈਨ ਜਿਹੜਾ ਹੈ 210 ਹੈਗਾਗਾ ਅਤੇ ਇਹਦੇ ਜਿਹੜੀ ਅੱਧੇ ਜੀਵਨ ਹੁੰਦੀ ਹੈਗੀ ਉਹ ਤਕਰੀਬਨ 8.9 8. ਸੌਰੀ 8. 1 ਘੰਟੇ ਦੇ ਕਰੀਬ ਜਿਹੜਾ ਹੈ ਸਤਾਰ ਸਮਾਂ ਰਹਿੰਦਾ ਹੈ ਕਿਉਂਕਿ ਇਹ ਸਭ ਤੋਂ ਸਤਰ ਹੈ ਨਹੀਂ ਇਸ ਤੋਂ ਜਿਹੜੇ ਘੱਟ ਨੇਗੇ ਉਹ ਸਾਰੇ ਇਸ ਤੋਂ ਘੱਟ ਸਮੇਂ ਦੇ ਲਈ ਹੈ ਜਾਨਕਿ ਬਹੁਤ ਥੋੜੇ ਸਮੇਂ ਤੇ ਕਿ ਜੀਵਿਤ ਰਹਿੰਦੇ ਹੈ ਉਸ ਤੋਂ ਬਾਅਦ ਇਹ ਸਾਰੇ ਚੀਜ਼ ਨਾਸਤ ਹੋ ਜਾਂਦੀ ਹੈ ਕਿਹਾ ਨੈਕਸਟ ਹੈ ਜੀ ਬੈਲ ਨੰਬਰ ਕੁਐਸਚਨ ਹੈ ਕਿਹੜਾ ਇੱਕ ਤੱਤ ਉਪ ਤੱਤੂ ਹੈ ਤਿੰਨ ਬਿਸਮਥ ਸਿਲੀਕਾਨ ਜਾਂ ਫਾਸਫੋਰਸ ਸਿੰਨਾਂ ਦੇ ਵਿੱਚੋਂ ਇੱਕ ਆਪਾਂ ਉਪ ਤੱਤੂ ਚੁਣਨਾ ਹੈ ਤੇ ਇੱਕ ਹੁੰਦੇ ਹੈਗੇ ਆ ਧਾਂਤੂ ਜਿਹੜੇ ਕਿ ਤੁਸੀਂ ਲਾਸਟ ਕਲਾਸ ਦੇ ਵਿੱਚ ਵੀ ਆਪਾਂ ਦੇਖੇ ਸੀ ਕਿ ਰੀਡ ਕਰੇ ਸੀ ਇਹਨਾਂ ਦੇ ਵਿੱਚੋਂ ਚੁਣਨਾ ਹੈ ਉਪ ਤੰਤੂ ਉਪ ਤੰਤੂ ਜਿਹੜਾ ਹੈ ਉਹ ਹੈ ਇਹਨਾਂ ਦੇ ਵਿੱਚੋਂ ਸਿਲੀਕਾਨ ਧਾਂਤੂਆਂ ਦੇ ਵਿੱਚ ਟਿਨ ਬਿਸਮੋਥ ਅਤੇ ਫਾਸਫੋਰਸ ਇਹਨਾਂ ਨੂੰ ਜਿਹੜਾ ਧਾਂਤੂਆਂ ਦੇ ਵਿੱਚ ਗਿਣਿਆ ਜਾਂਦਾ ਹੈ ਬਟ ਸਿਲੀਕਾਨ ਜਿਹੜੀ ਹੈ ਉਹ ਇਹਨਾਂ ਦੇ ਵਿੱਚ ਇੱਕ ਉਪ ਤੰਤੂਆਂ ਦੇ ਵਿੱਚੋਂ ਆਉਂਦੀ ਹੈ ਕਿ ਆ ਕੀ ਸਿਲੀਕਨ ਜਿਹੜੀ ਹੈ ਇਹਦੇ ਰਸਾਇਣਿਕ ਤੱਤ ਹੈ ਜੀ ਇੱਕ ਤਰ੍ਹਾਂ ਦਾ ਓਕੇ ਤੇ ਜਿਸ ਦਾ ਸਿੰਬਲ ਜਾਂ ਪ੍ਰਤੀਕ ਜਿਹੜਾ ਹੈ ਉਹ Si ਹੈ ਸਿਲੀਕਨ ਆਪਾਂ ਜੀਓਗ੍ਰਾਫੀ ਦੇ ਵਿੱਚ ਵੀ ਡਿਸਕਸ ਕੀਤਾ ਸੀਗਾ ਓਕੇ ਜੋ ਕਿ ਸਾਡੀ ਧਰਤੀ ਦੀ ਕਰਸਟ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਸ ਤੋਂ ਲੱਗਦਾ ਜਿਹੜਾ ਦਾ ਪਰਮਾਣੂ ਅੰਬ ਨੰਬਰ ਹੁੰਦਾ ਹੈ ਜਿਹੜਾ ਅੰਕ ਹੁੰਦਾ ਹੈਗਾ ਗਸਤਾ ਠੀਕ ਹੈ ਉਹ 14 ਹੁੰਦਾ ਹੈ ਜਾਨੀ ਕਿ 14 ਦੇ ਕਰੀਬ ਜਿਹੜਾ ਇਸ ਦਾ ਪਰਮਾਣੂ ਅੰਕ ਜਿਹੜਾ ਹੈ ਉਹ ਮਾਪਿਆ ਜਾਂਦਾ ਹੈਗਾ ਇੱਕ ਗੈਰ ਕਿਰਿਆਸ਼ੀਲ ਜਿਹੜਾ ਤੱਤ ਹੈ ਜਾਨੀ ਕਿ ਕਿਰਿਆਸ਼ੀਲ ਬਹੁਤ ਘੱਟ ਹੁੰਦਾ ਹੈਗਾ ਅਤੇ ਇਹਦੇ ਵਿੱਚ ਮੈਟਲੌਇਡਸ ਦੇ ਵਿੱਚ ਕੁੜੀਆਂ ਵੱਖ-ਵੱਖ ਤਾਂਤਾਂ ਹੁੰਦੀਆਂ ਨੇ ਜਾਂ ਤਾਤੋਂ ਹੁੰਦੇ ਨੇ ਜੋ ਕਿ ਗੈਰ ਤਾਤੋਂ ਦੋਵਾਂ ਤਰ੍ਹਾਂ ਦੀਆਂ ਸਾਨੂੰ ਵਿਸ਼ੇਸ਼ਤਾਵਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ ਜਿਹੜੇ ਮੈਟਲੌਇਡ ਹੁੰਦੇ ਆ ਮੈਟਲੌਇਡ ਦਾ ਮਤਲਬ ਹੁੰਦਾ ਹੈ ਪੰਜਾਬੀ ਦੇ ਵਿੱਚ ਉਪ ਤਾਤੂ ਉਹ ਤਾਂਤੂ ਜੋ ਆਪਾਂ ਕੁਚਨ ਦੇ ਵਿੱਚ ਦੇਖ ਸਕਦੇ ਆ ਇਹਦੇ ਵਿੱਚ ਦੋਨੇ ਤਰ੍ਹਾਂ ਦੇ ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਤਾਂਤੂ ਵਾਲੀਆਂ ਵੀ ਅਤੇ ਗੈਰ ਤਾਂਤੂ ਵੀ ਮੈਟੈਲਿਕ ਵੀ ਤੇ ਨਾਨ ਮੈਟੈਲਿਕ ਵੀ ਜਿਹੜੀਆਂ ਇਸ ਦੇ ਵਿੱਚ ਵਿਸ਼ੇਸ਼ਤਾਵਾਂ ਨੇ ਉਹ ਇਨਕਲੂਡ ਹੁੰਦੀਆਂ ਨੇ ਆਧਾਰਨ ਦੇ ਤੌਰ ਦੇ ਉੱਪਰ ਜਿਵੇਂ ਕਿ ਬੋਰਨ ਹੋ ਗਿਆ ਸਿਲੀਕਨ ਹੋ ਗਿਆ ਜਰਨੀ ਹੋ ਗਿਆ ਆਰਸਨਿਕ ਹੋ ਗਿਆ ਐਂਟੀਮਨੀ ਹੋ ਗਿਆ ਟੈਲੋਰੀਮ ਹੋ ਗਿਆ ਪਰੋਟੀਨੀਅਮ ਹੋ ਗਿਆ ਤੇ ਅਸਟਾਈਨ ਹੋ ਗਿਆ ਸੋ ਇਹ ਸਾਰੇ ਜਿਹੜੇ ਹੈਗੇ ਨੇਗੇ ਇਹ ਮੈਟਲੋਇਡਸ ਦੇ ਵਿੱਚ ਆਉਂਦੇ ਹੈਗੇ ਆ ਮਤਲਬ ਕਿ ਇਹਨਾਂ ਦੇ ਵਿੱਚ ਧਾਤੂ ਵਰਗੀਆਂ ਵਿਸ਼ੇਸ਼ਤਾਵਾਂ ਵੀ ਹੈਗੀਆਂ ਤੇ ਗੈਰ ਧਾਤੂ ਵਰਗੀਆਂ ਵੀ ਹੈਗੀਆਂ ਇਸ ਕਰਕੇ ਆਪਾਂ ਇਹਨਾਂ ਨੂੰ ਸਬ ਪਾਰਟਸ ਦੇ ਵਿੱਚ ਜਿਹੜਾ ਹੈ ਇਨਕਲੂਡ ਕਰਦੇ ਹੈਗੇ ਆਗੇ ਓਕੇ ਨੈਕਸਟ ਹੈ 43 ਨੰਬਰ ਕਿਹੜਾ ਇੱਕ ਉਪਧਾਤੂ ਨਹੀਂ ਹੈ ਮੈਟਲੋਇਡ ਇਹਨਾਂ ਦੇ ਵਿੱਚੋਂ ਨਹੀਂ ਹੈ ਬੋਰਾਨ ਕਾਰਬਨ ਅਸੈਨਿਕ ਤੇ ਸਿਲਿਕਾਨ ਇਸ ਇਨਾਂ ਦੇ ਵਿੱਚੋਂ ਨਹੀਂ ਹੈ ਜੀ ਕਾਰਬਨ ਕਿਉਂਕਿ ਆਪਾਂ ਲਾਸਟ ਹੀ ਸਲਾਈਡ ਦੇ ਵਿੱਚ ਸਾਰਿਆਂ ਦਾ ਜ਼ਿਕਰ ਕੀਤਾ ਹੈ ਜਿਦੇ ਵਿੱਚ ਬੋਰਾਨ ਵੀ ਆਉਂਦਾ ਸੀ ਅਸੈਨਿਕ ਵੀ ਆਉਂਦਾ ਸੀ ਅਤੇ ਸਿਲਿਕਾਨ ਵੀ ਆਉਂਦਾ ਸੀ ਬਟ ਕਾਰਬਨ ਜਿਹੜਾ ਹੈ ਉਹ ਇਨਾਂ ਦੇ ਵਿੱਚ ਸ਼ਾਮਲ ਨਹੀਂ ਆਉਂਦਾ ਕਿਉਂਕਿ ਇਹ ਇੱਕ ਉਪਤੱਤੂ ਨਹੀਂ ਹੈ ਕਿ ਕਿ ਨੈਕਸਟ ਹੈ ਜੀ ਸੋ ਜਿਵੇਂ ਕਿ ਆਪਾਂ ਗੱਲ ਕੀਤੀ ਸੀਗੀ ਲਾਸਟ ਇਸ ਤੋਂ ਵੀ ਪਹਿਲਾਂ ਵਾਲੇ ਕੁਐਸਚਨ ਦੇ ਵਿੱਚ ਕਿ ਮੁੱਖ ਤੌਰ ਦੇ ਪਰ ਅਸੀਂ ਜਿਹੜੇ 6 ਮੈਟਲਾਈਜ਼ ਦੇਖਦੇ ਹੈਗੇ ਮੀਨਜ਼ ਕਿ ਉਪਤੰਤ ਤੁੱਟਦੇ ਹੈਗੇ ਅਗੇ ਜਿਨ੍ਹਾਂ ਦੇ ਵਿੱਚੋਂ ਪ੍ਰਮੁੱਖ ਹੈਗੀ ਬੋਰਾਨ ਜੋ ਕਿ ਆਪਸ਼ਨ ਦੇ ਵਿੱਚ ਸੀ ਸਿਲੀਕਾਨ ਜਰਨੀਨੀਅਮ ਆਰਸੈਨਿਕ ਐਂਟੀਮੋਨੀ ਅਤੇ ਟੈਰੂਰੀਅਮ ਠੀਕ ਟੈਲੂਰੀਅਮ ਸੋ ਇਹ ਛੇ ਪ੍ਰਮੁੱਖ ਤੱਤ ਨੇ ਜਿਨ੍ਹਾਂ ਨੂੰ ਕਿ ਖਾਸ ਤੌਰ ਦੇ ਉੱਪਰ ਉਪ ਤੰਤੂ ਦੀ ਮਾਨਤਾ ਦੇ ਰੂਪ ਦੇ ਵਿੱਚ ਅਸੈਪਟ ਕੀਤਾ ਜਾਂਦਾ ਹੈ ਕਗਾ ਪਰ ਇਹਨਾਂ ਤੋਂ ਇਲਾਵਾ ਕੁਝ ਅਜਿਹੇ ਹੋਰ ਮੈਟਲੋਇਡਸ ਵੀ ਹੈਗੇ ਨੇਗੇ ਜਿਨ੍ਹਾਂ ਦੀ ਵਿਸ਼ੇਸ਼ਤਾ ਤਾਂ ਬੇਸ਼ੱਕ ਮੈਟਲੋਇਡਸ ਵਾਲੀ ਹੈ ਪਰ ਉਹਨਾਂ ਨੂੰ ਜ਼ਿਆਦਾਤਰ ਇਨਕਲੂਡ ਨਹੀਂ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਖਾਸ ਵਿਸ਼ੇਸ਼ਤਾ ਨਹੀਂ ਹੈਗੀ ਕਿ ਉਹ ਉਪਤਾਂ ਤੋਂ ਜਾਂ ਮੈਟਲਾਈਜ਼ ਦੇ ਵਿੱਚ ਆ ਸਕਣ ਕਿਉਂਕਿ ਜਾਂ ਤਾਂ ਫਿਰ ਉਹ ਬਹੁਤ ਜ਼ਿਆਦਾ ਸੌਫਟ ਨੇ ਤੇ ਜਾਂ ਫਿਰ ਉਹ ਬਹੁਤ ਜ਼ਿਆਦਾ ਹਾਰਡ ਦੇ ਵਿੱਚ ਆਂਦੇ ਇਸ ਕਰਕੇ ਆਪਾਂ ਉਸ ਨੂੰ ਇਸ categories ਦੇ ਵਿੱਚ ਇਨਕਲੂਡ ਨਹੀਂ ਕਰਦੇ ਇਹ ਪੰਜ ਤਰ੍ਹਾਂ ਦੇ ਤੱਤ ਹੈਗੇ ਨੇਗੇ ਜਿਨ੍ਹਾਂ ਨੂੰ ਆਪਾਂ ਮੈਟਲਾਈਜ਼ ਦੇ ਵਿੱਚ ਜਿਹੜਾ ਹੈ ਐਡ ਨਹੀਂ ਕਰਦੇ ਹੈਗੇ ਜਿਵੇਂ ਕਿ ਕਾਰਬਨ ਹੋ ਗਿਆ ਅਲੂਮੋਨੀਅਮ ਹੋ ਗਿਆ ਸੇਲੇਨੀਅਮ ਹੋ ਗਿਆ ਪਲੋਨੀਅਮ ਹੋ ਗਿਆ ਤੇ ਅਸਟਾਈਨ ਹੋ ਗਿਆ ਕਿਉਂਕਿ ਇਹਨਾਂ ਦੇ ਜਿਹੜੇ ਪਰਤ ਹੈ ਉਹ ਥੋੜੀ ਸਾਨੂੰ ਹਾਰਡ ਦੇਖਣ ਨੂੰ ਮਿਲਦੀ ਹੈਗੀ ਹੈਗੀ ਮੀਨਜ਼ ਕਿ ਇੱਕ ਮੈਟਲ ਦੇ ਰੂਪ ਦੇ ਵਿੱਚ ਖਾਸ ਤੌਰ ਦੇ ਉੱਪਰ ਹੈ ਕਈ ਪਰਸਨਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਇਸ ਕਰਕੇ ਇਹ ਪੰਜ ਤੱਤਾਂ ਨੂੰ ਘਟ ਵਰਗੀਕਤ ਕੀਤਾ ਜਾਂਦਾ ਹੈ ਤਾਂ ਉਹ ਛੇ ਤੱਤ ਜਿਹੜੇ ਹੈਗੇ ਨੇ ਇਹ ਸਪੈਸ਼ਲੀ ਉਹ ਪਤੰਤੂਆਂ ਦੇ ਵਿੱਚ ਮੈਟਲਾਈਜ਼ ਦੇ ਵਿੱਚ ਐਡ ਕਰ ਦਿੱਤੇ ਜਾਂਦੇ ਹੈਗੇ 43 ਨੰਬਰ ਕੁਐਸਚਨ ਹੈ ਜੇ ਤਾਤੂ ਆਕਸਾਈਡ ਦਾ ਆਕਸਾਈਡ ਦਾ ਸੁਭਾਅ ਕਿਹੋ ਜਿਹਾ ਹੈ ਜੇ ਕਿਸ ਸੁਭਾਅ ਦੇ ਹੁੰਦੇ ਨੇ ਕਿ ਸੁਭਾਅ ਦਾ ਮਤਲਬ ਹੈ ਨੇਚਰ ਦੇ ਪੱਖੋਂ ਇਹ ਕਿਸ ਟਾਈਪ ਦੇ ਹੋਣਗੇ ਜੀ ਤਾਤੂ ਮੈਟਲ ਤੇਜ਼ਾਬੀ ਹੋਣਗੇ ਜੈਵਿਕ ਹੋਣਗੇ ਖਾਰੇ ਹੋਣਗੇ ਜਾਂ ਉਦਾਸੀਨ ਹੋਣਗੇ ਧਾਤੂ ਆਕਸਾਈਡ ਜਿਹੜੇ ਹੈ ਉਹ ਨੇਚਰ ਦੇ ਪੱਖ ਤੋਂ ਜੇਕਰ ਆਪਾਂ ਗੱਲ ਕਰੀਏ ਖਾਰੇ ਹੁੰਦੇ ਹੈਗੇ ਬਈ ਠੀਕ ਹੈ ਸਲਾਈਨਸ ਹੁੰਦੇ ਹੈਗੇ ਨੇਗੇ ਸੋ ਇਹ ਖਾਰੇ ਤੌਰ ਦੇ ਪਰਸਾ ਨੂੰ ਦੇਖਣ ਨੂੰ ਮਿਲਦੇ ਹਨ ਇਹਨਾਂ ਦਾ ਜਿਹੜਾ ਦੇਖਣ ਨੇਚਰ ਹੈ ਜਿਹੜਾ ਸਾਨੂੰ ਉਹ ਖਾਰੇਪਣ ਦੇ ਵਿੱਚ ਦੇਖਣ ਨੂੰ ਮਿਲੇਗਾ ਓਕੇ ਧਾਤੂ ਆਕਸਾਈਡ ਜਿਹੜੇ ਹੈ ਸੁਭਾਅ ਦੇ ਵਿੱਚ ਹਮੇਸ਼ਾ ਲਗਭਗ ਖਾਰੇ ਰਹਿੰਦੇ ਹੈਗੇ ਆ ਔਰ ਸਾਇੰਸ ਦੇ ਵਿੱਚ ਇਸ ਨੂੰ ਬੇਸਿਕ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ ਇੰਗਲਿਸ਼ ਦੇ ਵਿੱਚ ਬੇਸਿਕ ਕਿਹਾ ਗਿਆ ਹੈ ਪੰਜਾਬੀ ਦੇ ਵਿੱਚ ਦਾ ਮੀਨਿੰਗ ਖਾਰਾ ਬੰਦਾ ਹੈਗਾ ਓਕੇ ਉਦਾਹਰਨ ਦੇ ਲਈ ਕੀ ਹੈ ਕਿ ਜਿਵੇਂ ਮੈਗਨੀਸ਼ੀਅਮ ਆਕਸਾਈਡ ਹੈ ਇਹ ਇੱਕ ਧਾਤੂ ਆਕਸਾਈਡ ਹੈਗੀ ਹੈ ਇਹ ਇੱਕ ਧਾਤੂ ਆਕਸਾਈਡ ਹੈਗੀ ਹੈ ਅਤੇ ਇਹ ਖਾਰੀ ਹੋਵੇਗੀ ਇਹ ਜਿਹੜਾ ਬੇਸਿਕ ਹੈ ਇਹ ਖਾਰਾ ਹੋਵੇਗਾ ਕਿਉਂਕਿ ਇਸ ਦੇ ਵਿੱਚ ਪਾਣੀ ਪਾਉਣ ਦੇ ਨਾਲ ਇਹ ਐਮ ਜੀ ਐਚ ਓ OH2 ਮੈਗਨੀਸ਼ੀਅਮ ਹਾਈਡਰੋਕਸਾਈਡ ਬਣ ਜਾਵੇਗੀ ਜੋ ਕਿ ਇੱਕ ਆਧਾਰ ਬਣ ਜਾਂਦਾ ਹੈ ਜਾਨੀ ਕਿ ਬੇਸ ਬਣ ਜਾਂਦਾ ਹੈਗਾ ਜਿਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਜਿਹੜੀ ਧਾਤੂ ਹੈਗੀ ਹੈਗੀ ਆਕਸਾਈਡ ਵਾਲੀ ਹੁੰਦੀ ਹੈ ਸੋ ਉਹਦੇ ਵਿੱਚ ਜਿਹੜਾ ਸਾਨੂੰ ਨਮਕੀਨਪਨ ਜਾਂ ਬੇਸਿਕ ਜਾਂ ਖਾਰਾਪਨ ਦੇਖਣ ਨੂੰ ਮਿਲਦਾ ਹੈਗਾ ਕਾ ਓਕੇ ਨੈਕਸਟ ਹੈ ਜੀ ਤੇਜ਼ਾਬੀ ਘੋਲ ਦੇ ਸੰਪਰਕ ਤੇ ਨੀਲਾ ਲਿਪਟ ਲਿਟਸ ਲਿਟਸਮਸ ਪੇਪਰ ਬਦਲ ਜਾਂਦਾ ਹੈ ਲਾਲ ਰੰਗ ਦੇ ਵਿੱਚ ਭੂਰੇ ਰੰਗ ਦੇ ਵਿੱਚ ਹਰੀ ਰੰਗ ਦੇ ਵਿੱਚ ਤੇ ਪੀਲੇ ਰੰਗ ਦੇ ਵਿੱਚ 6ਵੀਂ 7ਵੀਂ ਦੇ ਵਿੱਚ ਨਾਰਮਲੀ ਇਹ ਕੁਐਸਚਨ ਹੁੰਦਾ ਹੈਗਾ ਤੇ ਕਾਫੀ ਸਾਰੇ ਪੇਪਰਾਂ ਦੇ ਵਿੱਚ ਇਹ ਕੁਐਸਚਨ ਆਉਂਦਾ ਹੈਗਾ ਕਿ ਜਦੋਂ ਤੇਜਾਬੀ ਘੋਲ ਦੇ ਸੰਪਰਕ ਦੇ ਵਿੱਚ ਨੀਲਾ ਲਿਟਮਸ ਪੇਪਰ ਆਉਂਦਾ ਹੈ ਤਾਂ ਉਹਦਾ ਜਿਹੜਾ ਕਲਰ ਹੈ ਉਹ ਕਿਸ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਸੋ ਉਹ ਲਾਲ ਕਲਰ ਦੇ ਵਿੱਚ ਹੋ ਜਾਂਦਾ ਹੈ ਠੀਕ ਹੈ ਨੀਲਾ ਲਾਲ ਦੇ ਵਿੱਚ ਹੋ ਜਾਂਦਾ ਤੇ ਜੇਕਰ ਲਾਲ ਪੁੱਛਦੇ ਤਾਂ ਉਹ ਨੀਲੇ ਦੇ ਵਿੱਚ ਹੋ ਜਾਂਦਾ ਦੋਨੋਂ ਇੱਕ ਦੂਜੇ ਦੇ ਉਲਟ ਰਹਿੰਦੇ ਹੈਗੇ ਜਦੋਂ ਵੀ ਤੇਜਾਬੀ ਘੋਲ ਦੀ ਆਪਾਂ ਗੱਲ ਕਰਦੇ ਹੈਗੇ ਅੰਗੀ ओके ਨੀਲਾ ਲਿਟਮਸ ਪੇਪਰ ਜਿਹੜਾ ਹੈ ਤੇਜਾਬੀ ਘੋਲ ਦੇ ਸੰਪਰਕ ਦੇ ਵਿੱਚ ਆਉਂਦੇ ਲਾਲ ਸਾਨੂੰ ਦਿਖਾਈ ਦੇਣਾ ਸ਼ੁਰੂ ਹੋ ਜਾਊਗਾ ਐ ਲਿਟਮਸ ਪੇਪਰ ਕੁਝ ਇਸ ਤਰ੍ਹਾਂ ਦਾ ਹੁੰਦਾ ਛੋਟਾ ਜਿਹਾ ਟੁਕੜਾ ਹੁੰਦਾ ਪੇਪਰ ਦਾ ਜਿਹਨੂੰ ਕਿ ਆਪਾਂ ਇਸ ਤਰੀਕੇ ਨਾਲ ਦੇਖ ਸਕਦੇ ਆ ਇਹ ਨੀਲੇ ਰੰਗ ਦਾ ਸੀਗਾ ਓਕੇ ਨੀਲਾ ਕਲਰ ਸੀਗਾ ਬਟ ਜਦੋਂ ਉਹਨੂੰ ਤਜਾਬੀ ਘੋਲ ਦੇ ਵਿੱਚ ਐਡ ਕੀਤਾ ਗਿਆ ਇਹਦਾ ਰੰਗ ਜਿਹੜਾ ਹੈ ਉਹ ਲਾਲ ਰੰਗ ਦਾ ਹੋ ਜਾਂਦਾ ਹੈ ਠੀਕ ਹੈ ਤਜਾਬੀ ਘੋਲ ਦੇ ਸੰਪਰਕ ਦੇ ਵਿੱਚ ਆਉਣ ਤੇ ਨੀਲਾ ਲਿਟਮਸ ਪੇਪਰ ਜਿਹੜਾ ਹੈ ਉਹ ਲਾਲ ਹੋ ਜਾਂਦਾ ਹੈ ਤੇ ਉੱਥੇ ਜੇਕਰ ਕਹਿੰਦੇ ਬੇਸਿਕ ਸੋਲੂਸ਼ਨ ਜਿਹੜਾ ਕਿ ਮੂਲ ਘੋਲ ਹੁੰਦਾ ਹੈ ਉਹਦੇ ਵਿੱਚ ਸੰਪਰਕ ਦੇ ਆਉਣ ਤੇ ਲਾਲ ਲਿਟਮਸ ਜਿਹੜਾ ਹੈ ਉਹ ਨੀਲਾ ਹੋ ਜਾਂਦਾ ਹੈ ਦੋਨੋਂ ਇੱਕ ਦੂਸਰੇ ਦੇ ਉਲਟ ਚੱਲਦੇ ਹੈਗੇ ਨੰਗੇ ਓਕੇ ਨੈਕਸਟ ਹੈ ਜੀ ਛੇਲੀ ਨੰਬਰ 25 ਡਿਗਰੀ ਸੈਲਸੀਅਸ ਦਾ ਤਾਪਮਾਨ ਤਾਪਮਾਨ ਦੇ ਉੱਪਰ ਛੁੱਤ ਪਾਣੀ ਦਾ ਪੀ ਐਚ ਮਾਨ ਕਿੰਨਾ ਹੁੰਦਾ ਹੈਗਾ 7 ਪੀ ਐਚ ਹੁੰਦਾ ਹੈ 6 ਹੁੰਦਾ ਹੈ 8 ਹੁੰਦਾ ਹੈ ਜਾਂ ਫਿਰ 5 ਹੁੰਦਾ ਹੈ ਸੋ 25 ਡਿਗਰੀ ਸੈਲਸੀਅਸ ਦਾ ਜਦੋਂ ਤਾਪਮਾਨ ਹੋਵੇਗਾ ਸ਼ੁੱਧ ਪਾਣੀ ਦਾ ਤਾਂ ਉਸ ਸਮੇਂ ਜਿਹੜਾ ਉਹਦਾ ਪੀ ਐਚ ਮਾਨ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ 7 ਹੁੰਦਾ ਹੈ 25 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਤੇ ਪਾਣੀ ਸ਼ੁੱਧ ਹੈ ਤੇ ਉਹਦਾ ਪੀ ਐਚ ਮਾਨ ਕਿੰਨਾ ਰਹੇਗਾ 7 ਰਹੇਗਾ ਔਰ ਜਿਹੜਾ 7 ਵਾਲਾ ਪੀ ਐਚ ਮਾਨ ਹੁੰਦਾ ਹੈ ਇਹਦਾ ਮਤਲਬ ਹੈਗਾਗਾ ਕਿ ਸ਼ੁੱਧ ਪਾਣੀ ਹੈ ਬਿਲਕੁਲ ਸ਼ੁੱਧ ਇਹਦੀ ਮੈਂ ਇੱਕ ਡਾਇਗਰਾਮ ਹੈ ਜੋ ਸ਼ਾਇਦ लास्ट ਦੇ ਉਪਰ ਆਪਾ ਐਡ ਕੀਤੀ ਹੋਈ ਹੈ ਸੋ ਉਸੇ ਉਸ ਤੋਂ ਦੇਖ ਲੈਣਾ ਹੈ ਓਕੇ ਹਾਂਜੀ ਜਿਵੇਂ ਜਿਵੇਂ ਕਹਿੰਦੇ ਪਾਣੀ ਦਾ ਜਿਹੜਾ ਤਾਪਮਨ ਹੈ ਉਹ ਹੇਠਾਂ ਜਾਂਦਾ ਹੈ ਮੀਨਜ਼ ਕਿ ਘਟਦਾ ਹੈਗਾਗਾ ਉਸੇ ਤਰੀਕੇ ਦੇ ਨਾਲ ਪੀ ਐਚ ਮਾਨ ਜਿਹੜਾ ਹੈ ਉਹ ਵੱਧ ਜਾਂਦਾ ਹੈ ਠੀਕ ਹੈ ਯਾਦ ਰੱਖਣਾ ਹੈ ਜਿਵੇਂ ਜਿਵੇਂ ਪਾਣੀ ਦਾ ਤਾਪਮਨ ਘਟਦਾ ਜਾਵੇਗਾ ਉਸੇ ਤਰੀਕੇ ਦੇ ਨਾਲ ਉਹਦਾ ਪੀ ਐਚ ਮਾਨ ਜਿਹੜਾ ਹੈ ਉਹ ਵੱਧਦਾ ਜਾਵੇਗਾ ਜਿਵੇਂ ਕਿ ਆਪਾਂ ਇੱਥੇ ਡਿਗਰੀਆਂ ਦੀ ਗੱਲ ਕਰ ਗਏ ਠੀਕ ਹੈ ਸੈਲਸੀਅਸ ਦੇ ਵਿੱਚ ਤਾਪਮਨਾਂ ਦੇ ਹੇਠ ਲੰਿ 25 ਡਿਗਰੀ ਸੈਲਸੀਅਸ 20 ਡਿਗਰੀ ਸੈਲਸੀਅਸ 10 ਡਿਗਰੀ ਸੈਲਸੀਅਸ ਤੇ 0 ਡਿਗਰੀ ਸੈਲਸੀਅਸ ਓਕੇ ਇਨਾਂ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਲਾਸਟ ਵਾਲਾ ਇੱਕ ਤਾਂ ਕਿ ਜਦੋਂ ਆਪਾਂ ਡਿਗਰੀ ਸੈਲਸਿਅਸ ਦੇ ਵਿੱਚ ਜਾਵਾਂਗੇ ਬਿਲਕੁਲ 0 ਡਿਗਰੀ ਸੈਲਸ ਦੇ ਵਿੱਚ ਜਾਵਾਂਗੇ ਤਾਂ ਉਸ ਸਮੇਂ ਜਿਹੜਾ ਪਾਣੀ ਦਾ ਪੀ ਐਚ ਮਾਨ ਹੈ ਉਹ 7.47 ਪੀ ਐਚ ਮਾਨ ਜਿਹੜਾ ਚਲਾ ਜਾਊਗਾ ਪਰ ਜਦੋਂ ਇਸ ਤੋਂ ਉੱਪਰ ਰਹੇਗਾ ਤਾਂ ਉਸ ਸਥਿਤੀ ਦੇ ਵਿੱਚ ਜਿਵੇਂ ਕਿ 25 ਦੇ ਉੱਪਰ ਜਿਹੜਾ ਹੈਗਾ ਉਹ 7.0 ਹੈ ਜੋ ਕਿ ਬਿਲਕੁਲ ਫਰੈਸ਼ ਵਾਟਰ ਹੈ ਇਸ ਤਲਾਵਾ ਜਦੋਂ 20 ਡਿਗਰੀ ਸੈਲਸਿਸ ਟੈਂਪਰੇਚਰ ਹੋਵੇਗਾ ਉਸ ਸਥਿਤੀ ਦੇ ਵਿੱਚ 7.8 ਜਿਹੜਾ ਪੀਐਚ ਮਾਨ ਹੋਵੇਗਾ ਇੱਥੇ 25 ਡਿਗਰੀ ਸੈਲਸੀਅਸ ਹੈ ਅਤੇ 7.7 ਜਿਹੜਾ ਹੋਵੇਗਾ ਜੀ ਇਹ 10 ਡਿਗਰੀ ਸੈਲਸੀਅਸ ਟੈਂਪਰੇਚਰ ਦੇ ਉੱਪਰ ਹੋਵੇਗਾ ਇਹਨੂੰ ਤੁਸੀਂ ਵੈਸੇ ਸੈੱਟ ਕਰ ਲਿਓ ਠੀਕ ਹੈ ਵੈਸੇ ਮੈਂ ਇਹਨੂੰ ਇਕੱਠਾ ਹੀ ਐਡ ਕਰ ਦਿੱਤਾ ਹੈਗਾ ਵੈਸੇ ਮੈਂ ਇੱਥੇ ਐਡ ਕਰ ਦਿੰਦਾ ਹਾਂ ਇੱਕ ਸਾਈਡ ਦੇ ਵਿੱਚ ਆਪਾਂ ਟੈਂਪਰੇਚਰ ਐਡ ਕਰ ਲੈਣੇ ਕਿ ਪਾਣੀ ਦਾ ਟੈਂਪਰੇਚਰ ਕਿੰਨਾ ਰਹੂਗਾ 20 25 ਸੌਰੀ 20 ਡਿਗਰੀ 10 डिग्री ਤੇ 0 डिग्री ਠੀਕ ਹੈ ਦੂਜੀ ਸਾਈਡ ਤੇ ਆਪਾਂ ਪੀ ਐਚ ਮਾਨ ਦੀ ਜਿਹੜੀ ਹੈ ਗੱਲ ਕਰਦੇ ਹੈਗੇ ਆਂਗੇ ਸੋ 25 ਡਿਗਰੀ ਦੇ ਉੱਪਰ ਜਿਹੜਾ ਸਾਡਾ ਪੀ ਐਚ ਮਾਨ ਰਹਿੰਦਾ ਉਹ ਬਿਲਕੁਲ ਨਾਰਮਲ ਰਹਿੰਦਾ ਹੈਗਾ ਤੇ ਜਿਸ ਦੇ ਵਿੱਚ ਆਪਾਂ ਕਹਿੰਦੇ ਹੁੰਨੇ ਕਿ ਪਾਣੀ ਜਿਹੜਾ ਹੈ ਉਹ ਬਿਲਕੁਲ ਫਰੈਸ਼ ਹੈਗਾਗਾ ਮਤਲਬ ਕਿ ਸਾਫ ਹੈਗਾਗਾ ਇਸ ਤੋਂ ਬਾਅਦ 20 ਡਿਗਰੀ ਸੈਲਸियस ਦੇ ਉੱਪਰ ਗੱਲ ਕਰੀਏ ਤਾਂ ਪੀ ਐਚ ਮਾਨ ਜਿਹੜਾ ਹੈਗਾਗਾ ਉਹ 7.08 ਹੋ ਜਾਂਦਾ ਹੈਗਾਗਾ 10 ਡਿਗਰੀ ਸੈਲਸियस ਦੇ ਉੱਪਰ ਜਿਹੜਾ ਪੀ ਐਚ ਮਾਨ ਹੈ ਉਹ 7.27 ਹੋ ਜਾਂਦਾ ਹੈ ਓਕੇ 0 ਦੇ ਉੱਪਰ ਜਿਹੜਾ ਹੈ ਇਹ 7.47 ਹੋ ਜਾਂਦਾ ਹੈ ਪੀਐਚ ਮਾਨ ਹੁਣ ਇੱਥੇ ਤੁਸੀਂ ਅੰਦਾਜ਼ਾ ਲਗਾਉਣਾ ਹੈ ਕਿ ਜਿਵੇਂ ਜਿਵੇਂ ਟੈਂਪਰੇਚਰ ਜਿਹੜਾ ਹੈ ਘਟਦਾ ਜਾਊਗਾ ਜਿਵੇਂ ਜਿਵੇਂ ਤਾਪਮਾਨ ਘਟਦਾ ਜਾਊਗਾ ਪੀਐਚ ਮਾਨ ਵਧਦਾ ਜਾਊਗਾ ਜਿਵੇਂ ਜਿਵੇਂ ਤਾਪਮਾਨ ਜਿਹੜਾ ਹੈ ਵਧਦਾ ਜਾਊਗਾ ਉਵੇਂਵੇਂ ਪੀਐਚ ਮਾਨ ਜਿਹੜਾ ਹੈਗਾ ਉਹ ਘਟਦਾ ਜਾਊਗਾ ਦੋਨੇ ਇੱਕ ਦੂਜੇ ਦੇ ਉਲਟ ਚੱਲਦੇ ਹੈਗੇ ਨੇਗੇ ਠੀਕ ਹੈ ਜੀ ਨੈਕਸਟ ਹੈ ਜੀ 47 ਨੰਬਰ ਹੈ ਲਿਖਣ ਦੇ ਵਿੱਚੋਂ ਕਿਹੜੀ ਗੈਸ ਚੂਨਾ ਪਾਣੀ ਨੂੰ ਦੁੱਧਿਆ ਕਰ ਦਿੰਦੀ ਹੈ ਹਾਈਡਰੋਜਨ ਆਕਸੀਜਨ ਨਾਈਟ੍ਰੋਜਨ ਜਾਂ ਕਾਰਬਨ ਡਾਈਆਕਸਾਈਡ ਸੋ ਚੂਨਾ ਪਾਣੀ ਜਿਹੜਾ ਹੈਗਾਗਾ ਸੋ ਉਸ ਦੇ ਕਿਹੜੀ ਗੈਸ ਦੇ ਦੁਆਰਾ ਜਿਹੜਾ ਹੈ ਉਸ ਨੂੰ ਦੁੱਧਿਆ ਕਰ ਦਿੱਤਾ ਜਾਂਦਾ ਇਹ ਵੀ ਬਹੁਤ ਜ਼ਿਆਦਾ ਹੁੰਦਾ ਹੈ ਤੇ ਲਗਭਗ 6ਵੀਂ 7ਵੀਂ ਦੇ ਵਿੱਚ ਇੱਕ ਵਾਰਚਨ ਬਹੁਤ ਜ਼ਿਆਦਾ ਜਿਹੜਾ ਚੈਪਟਰਾਂ ਦੇ ਵਿੱਚ ਦੱਸਿਆ ਹੁੰਦਾ ਤੇ ਬੜੇ ਆਸਾਨ ਤਰੀਕੇ ਦੇ ਨਾਲ ਸਮਝਾਇਆ ਹੁੰਦਾ ਹੈ ਸੋ ਕਾਰਬਨ ਡਾਈਆਕਸਾਈਡ ਗੈਸ ਹੈਗੀ ਆ ਜਦੋਂ ਕਿਤੇ ਇਹ ਚੂਨੇ ਪਾਣੀ ਦੇ ਸੰਪਰਕ ਦੇ ਵਿੱਚ ਆਉਂਦੀ ਹੈਗੀ ਤਾਂ ਉਸੇ ਸਮੇਂ ਇਹ ਚੂਨੇ ਪਾਣੀ ਨੂੰ ਦੁੱਧਿਆ ਪਾਣੀ ਜਿਹੜਾ ਹੈ ਉਹ ਕਰ ਦਿੰਦੀ ਹੈਗੀ ਚੂਨੇ ਦੇ ਪਾਣੀ ਨੂੰ ਠੀਕ ਹੈ ਜੀ ਜਦੋਂ ਕਾਰਬਨ ਡਾਈਆਕਸਾਈਡ ਜਿਹੜੀ ਹੈ ਥੋੜੇ ਸਮੇਂ ਲਈ ਚੂਨੀ ਪਾਣੀ ਚੂਨੇ ਪਾਣੀ ਦੇ ਵਿੱਚ ਲੰਗਦੀ ਹੈ ਜਿਸ ਨੂੰ ਲਗਾਇਆ ਜਾਂਦਾ ਹੈ ਤਾਂ ਇਹ ਕੈਲਸ਼ੀਅਮ ਕਾਰਬੋਨੇਟ ਦੇ ਇੱਕ ਵਾਈਟ ਪਰਸੀ ਪ੍ਰਸੀਪਿਟੇਟ ਦੇ ਗਠਨ ਦੇ ਕਾਰਨ ਚੂਨੇ ਪਾਣੀ ਨੂੰ ਦੁੱਧੇ ਪਾਣੀ ਵਾਂਗ ਜਿਹੜਾ ਉਹ ਬਣਾ ਦਿੰਦੀ ਹੈ ਠੀਕ ਹੈ ਜਦੋਂ ਵੀ ਕੀਤਾ ਜਿਹੜਾ ਹੈ ਕਾਰਬਨ ਡਾਈਆਕਸਾਈਡ ਚੂਨੇ ਦੇ ਪਾਣੀ ਦੇ ਕੋਲ ਦੀ ਜੇ ਚੂਨੇ ਦੇ ਪਾਣੀ ਦੇ ਵਿੱਚੋਂ ਦੀ ਨਘਾਈ ਜਾਂਦੀ ਹੈ ਤਾਂ ਉਸ ਸਮੇਂ ਦੇ ਕਾਰਨ ਕਰਕੇ ਇਸ ਦੇ ਵਿੱਚ ਕੈਲਸ਼ੀਅਮ ਕਾਰਬੋਨੇਟ ਜਿਹੜਾ ਹੈ ਵਾਈਟ ਪਾਸੀਟ ਪੇਡ ਜਿਹੜਾ ਹੈ ਉਸ ਦਾ ਗਠਨ ਹੁੰਦਾ ਹੈ ਜਿਸ ਦੇ ਕਾਰਨ ਕਰਕੇ ਚੂਨੇ ਦਾ ਪਾਣੀ ਜਿਹੜਾ ਹੈ ਉਹ ਵਾਈਟ ਕਲਰ ਦਾ ਹੋ ਜਾਂਦਾ ਯਾਨੀ ਕਿ ਦੁੱਧਿਆ ਕਲਰ ਜਿਹਾ ਹੋ ਜਾਂਦਾ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਕਿਉਂਕਿ ਆ ਪਿਓਰ ਬਟਰ ਹੈ ਇਸ ਤੋਂ ਬਾਅਦ ਜਦ ਇਹਨੂੰ ਕਾਰਬਨ ਡਾਈਆਕਸਾਈਡ ਦੇ ਨਾਲ ਸੰਪਰਕ ਕੀਤਾ ਤੰਦਾ ਜਿਹੜਾ ਕਲਰ ਸਾਨੂੰ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਓਕੇ ਨੈਕਸਟ ਹੈ ਜੀ 48 ਨੰਬਰ ਜਦੋਂ ਧਨਤਾ ਪਤਲੇ ਐਸਿਡ ਦੇ ਨਾਲ ਪ੍ਰਤੀਕਿਰਿਆ ਕਰਦੀ ਹੈ ਤਾਂ ਕਿਹੜੀ ਗੈਸ ਪੈਦਾ ਹੁੰਦੀ ਹੈ ਨਾਈਟrogen ਗੈਸ ਹਾਈਡrogen ਗੈਸ ਕਾਰਬਨ ਡਾਈਆਕਸਾਈਡ ਗੈਸ ਜਾਂ ਫਿਰ ਆਕਸੀਜਨ ਗੈਸ ਜਦੋਂ ਧਾਤਾਂ ਜਿਹੜੀਆਂ ਨੇ ਪਤਲੇ ਐਸਿਡ ਦੇ ਨਾਲ ਥੋੜਾ ਨੋਰਮਲ ਜਿਹੜਾ ਐਸਿਡ ਕਹਿ ਸਕਦੇ ਹਾਂ ਉਹਦੇ ਨਾਲ ਪ੍ਰਤੀਕਿਰਿਆ ਕਰਦੀ ਹੈ ਤਾਂ ਉਸ ਸਮੇਂ ਜਿਹੜੀ ਗੈਸ ਹੋਂਦੇ ਵਿੱਚ ਆਉਂਦੀ ਹੈਗੀਆ ਉਹ ਹਾਈਡਰੋਜਨ ਹੈਗੀਆ ਠੀਕ ਹੈ ਹਾਈਡਰੋਜਨ ਤੇ ਹੀਲੀਅਮ ਦੋ ਗੈਸਾਂ ਜਿਹੜੀਆਂ ਸੂਰਜ ਦੇ ਤਕਰੀਬ ਸਭ ਤੋਂ ਅਧਿਕ ਮਾਤਰਾ ਦੇ ਵਿੱਚ ਪਾਇਆ ਜਾਂਦੇ ਹਿੱਕੇ ਨੇ ਠੀਕ ਹੈ ਜੀ ਪਤਲੇ ਐਸਿਡ ਦੇ ਮੁਕਾਬਲਤਨ ਦੇ ਵਿੱਚ ਪ੍ਰਤੀਕਿਰਿਆਸ਼ੀਲ ਜਿਹੜੀ ਹੈ ਉਹ ਧਾਤਾਂ ਦੇ ਵਿੱਚ ਜਿਵੇਂ ਕਿ ਮੈਗਨੀਸ਼ੀਅਮ ਅਲੂਮਿਨੀਅਮ ਜ਼ਿੰਕ ਤੇ ਆਇਰਨ ਦੇ ਨਾਲ ਪ੍ਰਤੀਕਿਰਿਆ ਕਰਦੀ ਹੈ ਕਿਆ ਪਤਲੇ ਐਸਿਡ ਦੇ ਨਾਲ ਪ੍ਰਤੀਕਿਰਿਆ ਸ਼ਿਲ ਕਰਦੀਆਂ ਨੇ ਤਾਂ ਤਾਂ ਮੈਗਨੀਸ਼ੀਅਮ, ਅਲੂਮੀਨੀਅਮ, ਜਿੰਕ ਤੇ ਆਇਰਨ ਇਹਨਾਂ ਦੇ ਨਾਲ ਪ੍ਰਤੀਕਿਰਿਆ ਕਰਦੀ ਹੈਗੀ ਐ ਤੇ ਜਦੋਂ ਇਹਨਾਂ ਦੇ ਨਾਲ ਪ੍ਰਤੀਕਿਰਿਆ ਹੁੰਦੀ ਹੈ ਤਾਂ ਦੋ ਚੀਜ਼ਾਂ ਹੋਣ ਦੇ ਵਿੱਚ ਆਉਂਦੀਆਂ ਨੇ ਗੀਆਂ ਪ੍ਰੋਡਕਸ਼ਨ ਹੁੰਦੀ ਹੈ ਇੱਕ ਤਾਂ ਨਾਮਕ ਜਿਹਨੂੰ ਲੋਨ ਕਹਿੰਦੇ ਆ ਤੇ ਦੂਸਰਾ ਹੈ ਜੀ ਹਾਈਡਰੋਜਨ ਇਹ ਦੋ ਤੀਜਾਂ ਉਸ ਸਮੇਂ ਹੋਣ ਦੇ ਵਿੱਚ ਆਉਂਦੀਆਂ ਜਦੋਂ ਵੀ ਕਿਤੇ ਪਤਲੇ ਐਸਿਡ ਦੇ ਨਾਲ ਮੈਗਨੀਸ਼ੀਅਮ, ਅਲੂਮੀਨੀਅਮ, ਜਿੰਕ ਤੇ ਆਇਰਨ ਜਿਹੜੇ ਹੈ ਕਿਰਿਆ ਕਰਦੇ ਹੈਗੇ ਜੀ ਰਿਐਕਸ਼ਨ ਕਰਦੇ ਹੈਗੇ ਸੋ ਪਤਲੇ ਐਸਿਡ ਨੂੰ ਜਿਹੜਾ ਦਰਸਾਉਣ ਦੇ ਲਈ ਕੁਝ ਇਸ ਤਰ੍ਹਾਂ ਦੇ ਫਾਰਮੂਲੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਮਾਸ ਐਮ ਪਲੱਸ ਏ ਔਰ ਐਸ ਪਲੱਸ ਐਚ ਇਹ ਸੋ ਇਹਨਾਂ ਨੂੰ ਮਿਲਾ ਕੇ ਜਿਹੜਾ ਹੈ ਤਿਆਰ ਕੀਤਾ ਜਾਂਦਾ ਹੈ ਹੈਗਾ ਓਕੇ ਜੀ ਨੈਕਸਟ ਹੈ ਜੀ 49 ਨੰਬਰ ਕਿੰਨੇ ਪੀ ਐਚ ਮਾਨ ਉੱਪਰ ਦੰਦ ਜਿਹੜੇ ਆ ਉਹ ਸੜਨ ਲੱਗਦੇ ਨੇ 11.2 ਦੇ ਉੱਪਰ 6.5 ਦੇ ਉੱਪਰ 5.5 ਦੇ ਉੱਪਰ ਜਾਂ 7.5 ਦੇ ਉੱਪਰ ਪੀਐਚ ਮਾਨ ਦੇ ਉਪਰ ਦੱਸਿਆ ਗਿਆ ਹੈ ਕਿ ਜਦੋਂ ਕੋਈ ਵੀ ਚੀਜ਼ ਕਿੰਨੇ ਪੀਚ ਦੇ ਉੱਪਰ ਚਲੀ ਜਾਵੇਗੀ ਤਾਂ ਉਸ ਸਥਿਤੀ ਦੇ ਵਿੱਚ ਜਿਹੜੇ ਦੰਦ ਨੇ ਸਾਡੇ ਉਹ ਖਰਾਬ ਹੋਣ ਲੱਗ ਜਾਂਦੇ ਜਿਹਨੂੰ ਆਪਾਂ ਸੜਨ ਦਾ ਨਾਮ ਵਰਤਦੇ ਹਾਂ ਕਿ ਕਿ ਸੋ 5.5 ਪੀਐਚ ਮਾਨ ਜਿਹੜਾ ਹੈਗਾਗਾ ਸੋ ਇਸ ਦੇ ਉੱਪਰ ਆ ਕੇ ਜਿਹੜੇ ਦੰਦ ਨੇਗੇ ਉਹ ਸੜਨ ਲੱਗਦੇ ਹੈਗੇ ਨੇਗੇ ਦੰਦਾਂ ਦਾ ਸੜਨ ਕਹਿੰਦੇ ਉਸ ਸਮੇਂ ਹੁੰਦਾ ਹੈ ਜਦੋਂ ਮੂੰਹ ਦੇ ਵਿੱਚ ਜਿਹੜਾ ਪੀਐਚ ਮਾਨ ਹੈ ਉਹ 5.5 ਹੁੰਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ ਐਸਐਸਸੀ ਦਾ ਕੁਐਸਚਨ ਹੈ ਜੀ ਔਰ ਨਿਰਪੱਖ ਰੂਪ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਜਿਹੜਾ ਸਾਡਾ ਪੀਐਚ ਮਾਨ ਹੁੰਦਾ ਹੈ ਉਹ 7.0 ਹੁੰਦਾ ਇਹਦੇ ਵਿੱਚ ਨਾ ਕੋਈ ਨੁਕਸਾਨ ਹੁੰਦਾ ਹੈ ਨਾ ਕੋਈ ਫਾਇਦਾ ਹੁੰਦਾ ਠੀਕ ਹੈ ਜਿਆਦਾ ਬੈਨੀਫਿਟ ਹੀ ਹੁੰਦਾ ਹੈ ਇਹ ਨਿਊਟਰਲ ਅਵਸਥਾ ਦੇ ਵਿੱਚ ਜਿਹੜੀ ਹੈ ਆ ਜਾਂਦੀ ਹੈਗੀ ਹੈਗੀ ਜਦੋਂ ਤੇਜਾਬੀ ਤਜਾਬ ਵਾਲਾ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹਾਂ ਤਾਂ ਉਸ ਸਮੇਂ ਮੂੰਹ ਦੇ ਅੰਦਰ ਜਿਹੜਾ ਪੀਐਚ ਮਾਨ ਹੈ ਉਹ ਘਟ ਜਾਂਦਾ ਹੈ ਜਦੋਂ ਅਸੀਂ ਤਜਾਬ ਵਾਲੇ ਭੋਜਨ ਤੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰਦੇ ਹਾਂ ਤਾਂ ਉਸ ਸਥਿਤੀ ਦੇ ਅੰਦਰ ਮੂੰਹ ਦੇ ਅੰਦਰ ਜਿਹੜਾ ਪੀ ਐਚ ਮਾਣ ਹੈ ਉਹ ਘਟ ਜਾਂਦਾ ਹੈਗਾ ਤੇ ਦੰਦਾਂ ਦੇ ਵਿੱਚ ਜਿਹੜਾ ਪੀ ਐਚ ਹੈ ਉਹ ਤੇਜ਼ੀ ਦੇ ਨਾਲ ਹੀਠਾ ਨੂੰ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਜਾਨੀ ਕਿ ਉਹਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਕਿਤੇ ਇਹ 5.5 ਤੇ ਆ ਜਾਂਦਾ ਹੈ ਉਸ ਸਥਿਤੀ ਦੇ ਵਿੱਚ ਆ ਕੇ ਸਾਡੇ ਦੰਦ ਜਿਹੜੇ ਆ ਕਿ ਉਹ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹੈਗੇ। ਨੈਕਸਟ ਹੈ ਜੀ 50 ਨੰਬਰ ਤਜਾਬ ਅਤੇ ਆਧਾਰ ਬੀਸ ਨੋਪਾ بیس ਕੈਦਨਨੇ ਹੈਗੇ ਕੋਈ ਪ੍ਰਤੀਕਿਰਿਆ ਨੂੰ ਕਿਹਾ ਜਾਂਦਾ ਹੈ ਵਾਸ਼ਪੀਕਰਨ ਉਧਾਰ ਵਿਪਤਨ ਨਿਰਪੱਖੀਕਰਨ ਜਾਂ ਅਮਲੀਕਰਨ ਇਹਨੂੰ ਮੈਂ ਇੰਗਲਿਸ਼ ਦੇ ਵਿੱਚ ਐਡ ਕਰ ਦਿੱਤਾ ਕਿਉਂਕਿ ਪੰਜਾਬੀ ਦੇ ਵਿੱਚ ਨਹੀਂ ਮੀਨਿੰਗ ਕਾਫੀ ਜ਼ਿਆਦਾ ਜਿਹੜੇ ਹੈ ਬਦਲ ਜੇਗੇ ਹੈਗੇ ਸੋ ਇਹਨਾਂ ਦੇ ਵਿੱਚੋਂ ਸਹੀ ਆਨਸਰ ਜਿਹੜਾ ਹੈਗਾ ਜੀ ਉਹ ਸੀ ਹੈ ਨਿਰਪੱਖੀਕਰਨ ਹੈ న్యూਟ੍ਰਲਾਈਜੇਸ਼ਨ ਜਿਹੜਾ ਹੈਗਾ ਸੋ ਇਸ ਦੇ ਆਧਾਰ ਦੇ ਉੱਪਰ ਜਿਹੜਾ ਹੈ ਸਾਨੂੰ ਕਿਹਾ ਜਾਂਦਾ ਹੈ ਜਦੋਂ ਤਜ਼ਾਬੀ ਜਾਂ ਬੇਸ ਜਿਨوں ਕੇ ਆਧਾਰ ਕਹਿ ਦਿੰਦੇ ਹਨ ਇਹਨਾਂ ਦੋਨਾਂ ਦੇ ਵਿਚਕਾਰ ਪ੍ਰਤੀਕਿਰਿਆ ਹੁੰਦੀ ਹੈ ਇਸ ਸਥਿਤੀ ਦੇ ਵਿੱਚ ਨਿਰਪੱਖੀਕਰਨ ਜਾਂ ਨਿਊਟਰਲਾਈਜੇਸ਼ਨ ਜਿਹੜਾ ਹੈ ਉਹ ਹੋੰਦ ਦੇ ਵਿੱਚ ਆਉਂਦਾ ਹੈਗਾ 51 ਨੰਬਰ ਕੁਐਸਚਨ ਹੈ ਖਾਰਾਪਣ ਡੈਸ਼ ਦੇ ਵਿੱਚ ਨਮਕ ਦੀ ਮਾਤਰਾ ਹੁੰਦੀ ਹੈ ਜਿਹੜਾ ਖਾਰਾਪਣ ਹੈ ਪਾਣੀ ਦੇ ਵਿੱਚ ਸੋ ਉਸ ਦੇ ਵਿੱਚ ਜਿਹੜੀ ਨਮਕ ਦੀ ਮਾਤਰਾ ਹੁੰਦੀ ਹੈ ਉਹ ਕਿੰਨੀ ਰਹਿੰਦੀ ਹੈ ਕਿਹਾ 1000 ਗ੍ਰਾਮ ਪਾਣੀ ਦੇ ਵਿੱਚ 100 ਗ੍ਰਾਮ ਪਾਣੀ ਦੇ ਵਿੱਚ 10000 ਗ੍ਰਾਮ ਪਾਣੀ ਦੇ ਵਿੱਚ ਜਾਂ 10 ਗ੍ਰਾਮ ਪਾਣੀ ਦੇ ਵਿੱਚ ਤੋ ਖਾਰੇਪਣ ਦੀ ਜਦੋਂ ਮਾਤਰਾ ਨੂੰ ਮਾਪਿਆ ਜਾਂਦਾ ਹੈ ਕਿ ਉਹਦੇ ਵਿੱਚ ਨਮਕ ਦੀ ਮਾਤਰਾ ਕਿੰਨੀ ਹੋਵੇਗੀ ਤਾਂ ਇਹ 1000 ਗ੍ਰਾਮ ਪਾਣੀ ਦੇ ਵਿੱਚ ਜਿਹੜਾ ਹੈ ਐਡ ਕੀਤਾ ਜਾਂਦਾ ਹੈ ਉਹਦੇ ਆਧਾਰ ਦੇ ਉੱਪਰ ਜਿਹੜਾ ਹੈ ਇਸ ਦਾ ਖਾਰਾਪਣ ਜਿਹੜਾ ਹੈ ਉਹ ਜਾਂਚਿਆ ਜਾਂਦਾ ਹੈ ਖਾਰੇਪਣ ਦੇ ਵਿੱਚ 1000 ਗ੍ਰਾਮ ਪਾਣੀ ਦੇ ਜਿਹੜੇ ਨਮਕ ਦੀ ਮਾਤਰਾ ਸਾਨੂੰ ਉਹ ਦੇਖਣ ਨੂੰ ਮਿਲਦੀ ਹੈ ਕਿ ਕਿ ओके ਖਾਰਾਪਣ ਕੀ ਹੁੰਦਾ ਹੈ ਪਾਣੀ ਦੇ ਸ਼ਰੀਰ ਮੀਨਸ ਕਿ ਪਾਣੀ ਦੀ ਬਾਡੀ ਠੀਕ ਹੈ ਵਾਟਰ ਬਾਡੀ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ ਬਾਟਰ ਬੌਡੀ ਦੇ ਵਿੱਚ ਘੁਲਣ ਵਾਲੇ ਲੋਨ ਦੀ ਮਾਤਰਾ ਹੈ ਜਿਸ ਨੂੰ ਕਿ ਅਸੀਂ ਖਾਰਾ ਪਾਣੀ ਦੇ ਨਾਮ ਨਾਲ ਜਾਣਦੇ ਹਾਂ ਕਿ ਜਿਹੜਾ ਪਾਣੀ ਦਾ ਖੇਤਰ ਹੈ ਉਹਦੇ ਵਿੱਚ ਜਿਹੜਾ ਲੋਨ ਘੁਲਿਆ ਹੋਇਆ ਹੈ ਉਸ ਨੂੰ ਆਪਾਂ ਖਾਰਾ ਪਾਣੀ ਕਹਿ ਦਿੰਦੇ ਹਾਂਗੇ ਓਕੇ ਔਰ ਇਹ ਆਮ ਤੌਰ ਤੇ ਉਪਰ ਦੋ ਤੱਤਾਂ ਦੇ ਥਰੂ ਮਾਪਿਆ ਜਾਂਦਾ ਹੈ ਇੱਕ ਨੂੰ ਜੀ ਕਿਹਾ ਜਾਂਦਾ ਹੈ ਤੇ ਦੂਸਰਾ ਜਾਂਦਾ ਹੈ ਕੇ ਜੀ ਜੀ ਮਤਲਬ ਨਮਕਤੇ ਕੇਜੀ ਦੇ ਵਿੱਚ ਸਮੁੰਦਰਾਂ ਦੇ ਪਾਣੀ ਦੇ ਵਿੱਚ ਇਸ ਨੂੰ ਜਿਹੜਾ ਹੈ ਉਹ ਮਾਪਿਆ ਜਾਂਦਾ ਹੈ ਖਾਰੇਪਣ ਨੂੰ ਰਿਕਾਰਡ ਕਰਨ ਦਾ ਸਭ ਤੋਂ ਆਮ ਤਰੀਕਾ ਹੁੰਦਾ ਹੈਗਾ ਕਿ 1000 ਗ੍ਰਾਮ ਪਾਣੀ ਦੇ ਵਿੱਚ ਲੂਣ ਦੀ ਮਾਤਰਾ ਨੂੰ ਮਾਪਣਾ 1000 ਗ੍ਰਾਮ ਪਾਣੀ ਦੇ ਵਿੱਚ ਲੂਣ ਦੀ ਮਾਤਰਾ ਨੂੰ ਮਾਪਣਾ ਜਿਹੜਾ ਹੈਗਾ ਸੋ ਉਸ ਨੂੰ ਕਿਹਾ ਜਾਂਦਾ ਜਦੋਂ ਕਿਤੇ ਖਾਰੇਪਣ ਨੂੰ ਰਿਕਾਰਡ ਕੀਤਾ ਜਾਂਦਾ ਹੈ ਇਸ ਲਈ ਅਸੀਂ ਇਸ ਨੂੰ ਪਾਰਟਸ ਪਰ 1000 ਜਿਸ ਨੂੰ ਕਿ ਪੀਪੀਟੀ ਕਹਿ ਦਿੰਦੇ ਹੈਗੇ ਹੈਗੇ ਸੋ ਇਹਦੇ ਥਰੂ ਜਿਹੜਾ ਹੈ ਅਸੀਂ ਲੂਣ ਦੀ ਮਾਤਰਾ ਜਿਹੜੀ ਹੈ ਉਹ ਜਾਂਚ ਕਰਦੇ ਹੈਗੇਗੇ ਕਿਸੇ ਵੀ ਖਾਰੇਪਣ ਦੇ ਵਿੱਚ ਪਾਰਟਸ ਪਰ 1000 ਠੀਕ ਹੈ ਜਾਨੀ ਕਿ 1000 ਗ੍ਰਾਮ ਪਾਣੀ ਦੇ ਵਿੱਚ ਕਿੰਨਾ ਨਮਕ ਜਿਹੜਾ ਹੈ ਉਹ ਮੌਜੂਦ ਹੈ ਸਮੁੰਦਰਾਂ ਦੇ ਵਿੱਚ ਖਾਰਾ ਪਾਣੀ ਨਾਰਮਲੀ ਸਾਨੂੰ ਦੇਖਣ ਨੂੰ ਮਿਲਦਾ ਹੈ 34 ਪੀਪੀਟੀ ਜਾਂ ਫਿਰ 36 ਪੀਪੀਟੀ ਤੁਰੇ ਕੇ ਪਾਰਟਸ ਪਰ 1000 34 ਜਾਂ 36 ਇਹਨਾਂ ਦੋਨਾਂ ਦੇ ਵਿੱਚੋਂ ਸਭ ਤੋਂ adhik ਮਿਲਦਾ ਹੈਗਾਗਾ ਨੈਕਸਟ ਹੈ ਬਵੰਜਾ ਨੰਬਰ ਆਧਾਰ ਸਰੋਤਾਂ ਜਿਹਨੂੰ ਕਿ بیس ਸੋਰਸ ਕਿਹਾ ਜਾਂਦਾ ਹੈ بیس ਸੋਰਸ ਦੇ ਹੇਠਾਂ ਦਿੱਤੇ ਜੋੜਿਆਂ ਦੇ ਵਿੱਚੋਂ ਕਿਹੜਾ ਸਹੀ ਮੇਲ ਖਾਂਦਾ ਹੈ ਕੈਲਸ਼ੀਅਮ ਹਾਈਡਰੋਕਸਾਈਡ ਸਾਬਣ ਦੇ ਵਿੱਚ ਹੈ ਸੋਡੀਅਮ ਹਾਈਡਰੋਕਸਾਈਡ ਮਿਲਕ ਆਫ ਮੈਗਨੀਸ਼ੀਆ ਦੇ ਵਿੱਚ ਹੈ ਐਲਮੋਨੀਅਮ ਹਾਈਡਰੋਕਸਾਈਡ ਖਿੜਕੀ ਸਾਫ ਕਰਨ ਵਾਲਾ ਜਿਹੜਾ ਪਦਾਰਥ ਹੈ ਉਸਦੇ ਵਿੱਚ ਹੈ ਜਾਂ ਮੈਗਨੀਸ਼ੀਅਮ ਹਾਈਡਰੋਕਸਾਈਡ ਜਿਹੜਾ ਹੈ ਇਹ ਚੂਨਾ ਪਾਣੀ ਹੈ ਸੋ ਇਹਨਾਂ ਦੇ ਵਿੱਚੋਂ ਸਹੀ ਮੇਲ ਖਾਂਦਾ ਹੈ ਜੀ ਸੀ ਆਪਸ਼ਨ ਜਿਹੜਾ ਅਮੋਨੀਅਮ ਹਾਈਡਰੋਆਕਸਾਈਡ ਹੈ ਇਹ ਖਿੜਕੀ ਸਾਫ ਕਰਨ ਵਾਲਾ ਪਦਾਰਥ ਹੈ ਸੋ ਇਹਨਾਂ ਦੇ ਵਿੱਚੋਂ ਸਹੀ ਮੇਲ ਖਾਂਦਾ ਹੈਗਾ ਬਾਕੀ ਤਿੰਨ ਜਿਹੜੇ ਹੈ ਉਹ ਗਲਤ ਹੈਗੇ ਆਗੇ ਠੀਕ ਹੈ ਜਾਨੀ ਕਿ ਬੇਸ ਸੋਰਸ ਪੁੱਛਿਆ ਹੈ ਜਿਸ ਤੋਂ ਸਾਨੂੰ ਇਹ ਤਦਾਰਤ ਹੋਣ ਦੇ ਵਿੱਚ ਆਉਂਦਾ ਹੈ ਜਿਹੜਾ ਖਿੜਕੀ ਸਾਫ ਕਰਨ ਵਾਲਾ ਪਦਾਰਥ ਹੈ ਜਿਹਦੇ ਥਰੂ ਅਸੀਂ ਖਿੜਕੀ ਸਾਫ ਕਰਦੇ ਹਾਂ ਉਹ ਅਸਲ ਦੇ ਵਿੱਚ ਅਮੋਨੀਅਮ ਹਾਈਡਰੋਕਸਾਈਡ ਹੁੰਦਾ ਹੈ ਜਿਹਦੇ ਥਰੂ ਅਸੀਂ ਉਸ ਦੀ ਸਫਾਈ ਜਿਹੜੀ ਆ ਉਹ ਕਰ ਪਾਉਣੇ ਹੈਗੇ ਆਂਗੇ ਅਮੋਨੀਅਮ ਹਾਈਡਰੋਕਸਾਈਡ ਜਿਹੜਾ ਹੈਗਾਗਾ ਇਹ ਪਾਣੀ ਦੇ ਵਿੱਚ ਅਮੋਨੀਆ ਦਾ ਘੋਲ ਹੁੰਦਾ ਹੈ ਮਤਲਬ ਕਿ ਪਾਣੀ ਦੇ ਵਿੱਚ ਘੋਲਿਆ ਗਿਆ ਇੱਕ ਅਮੋਨੀਆ ਦਾ ਜਿਹੜਾ ਰਸਾਇਣਕ ਤੱਤ ਹੁੰਦਾ ਹੈ ਇਹ ਕਈ ਕੰਮ ਦੇ ਵਿੱਚ ਆਉਂਦਾ ਹੈ ਜਿਵੇਂ ਕਿ ਬਾਥਰੂਮ ਫਰਸ਼ ਕੰਚ ਕਾਰਪਟ ਮੈਟਲ ਅਪਹੋਲਸਟਰੀ ਤੇ ਇਸ ਤੋਂ ਇਲਾਵਾ 올 ਪਰਪਸ ਕਲੀਨਰ ਮਤਲਬ ਹਰ ਤਰ੍ਹਾਂ ਦਾ ਉਹ ਕੰਮ ਜਿਹੜਾ ਕਿ ਕਲੀਨ ਕਰਨ ਦੇ ਲਈ ਪ੍ਰਯੋਗ ਕੀਤਾ ਜਾਂਦਾ ਹੈ ਜਿਦੇ ਵਿੱਚ ਸਾਰਚਰ ਕਿਟਾਣੂ ਨਾਸ਼ਕ ਡਾਗ ਟ੍ਰੀਟਰਸ ਇਹਨਾਂ ਸਾਰਿਆਂ ਦੇ ਵਿੱਚ ਕੰਮ ਆਉਂਦਾ ਹੈਗਾ ਸੋ ਸਾਰਿਆਂ ਦੇ ਵਿੱਚ ਅਮੋਨੀਆ ਦਾ ਜਿਹੜਾ ਘੋਲ ਹੈ ਉਹ ਪ੍ਰਯੋਗ ਕੀਤਾ ਜਾਂਦਾ ਹੈ ਤੇ ਨਾਰਮਲੀ ਜਿਹੜਾ ਘਰੇਲੂ ਅਮੋਨੀਆ ਹੁੰਦਾ ਹੈਗਾ ਅਮੋਨੀਆ ਹੁੰਦਾ ਹੈ ਸੋ ਉਹਦੇ ਵਿੱਚ 10 ਪੰਜ ਤੋਂ 10 ਪ੍ਰਤੀਸ਼ਤ ਅਮੋਨੀਅਮ ਹਾਈਡਰੋਆਕਸਾਈਡ ਦੀ ਮਾਤਰਾ ਜਿਹੜੀ ਹੈ ਦੱਖਣ ਨੂੰ ਮਿਲਦੀ ਹੈ ਸੋ ਆਪ ਇਹ ਇੰਪੋਰਟੈਂਟ ਪੁਆਇੰਟ ਹੈ ਕਿ ਕ੍ਰੀਲੂ ਅਮੋਨੀਆ ਦੇ ਵਿੱਚ ਅਮੋਨੀਅਮ ਹਾਈਡਰੋਕਸਾਈਡ ਕਿੰਨਾ ਹੁੰਦਾ 10 ਤੋਂ 5 ਤੋਂ 10 ਪ੍ਰਤੀਸ਼ਤ ਨੈਕਸਟ ਹੈ 23 ਤਰਵੰਜਨ ਨੰਬਰ ਤੇਜਾਬੀ ਸਰੋਤ ਦਾ ਨਿਮਨ ਦੇ ਵਿੱਚੋਂ ਕਿਹੜਾ ਯੁਗਮ ਸਹੀ ਹੈ ਫਾਰਮਿਕ ਐਸਿਡ ਇਮਲੀ ਸਿਟਰਿਕ ਐਸਿਡ ਨਿੰਬੂ ਐਸਟਿਕ ਐਸਿਡ ਕੀੜੇ ਦਾ ਡੰਗ ਜਾਂ ਲੈਕਟਿਕ ਐਸਿਡ ਸਿਰਕਾ ਚਿੰਨਾਂ ਦੇ ਵਿੱਚੋਂ ਸਹੀ ਸਮੇਲ ਜਿਹੜਾ ਹੈ ਜੀ ਉਹ ਹੈ ਬੀ ਆਪਸ਼ਨ ਸਿਟਰਿਕ ਐਸਿਡ ਜਿਹੜਾ ਹੈਗਾਗਾ ਉਹ ਨਿੰਬੂ ਦੇ ਥਰੂ ਜਿਹੜਾ ਕ੍ਰੀਏਟ ਹੁੰਦਾ ਹੈ ਸੋ ਇਹਨਾਂ ਦਾ ਇੱਕ ਦੂਜੇ ਨਾਲ ਜਿਹੜਾ ਸਹੀ ਜੋਗਮ ਬਣਿਆ ਹੋਇਆ ਹੈਗਾਗਾ ਸਿਟਰਿਕ ਐਸਿਡ ਨਿੰਬੂ ਠੀਕ ਹੈ ਯਾਨੀ ਕਿ ਖੱਟਾ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਕਿ ਆਂਗੇ ਸੋ ਨਿੰਬੂ ਦਾ ਰਸ ਜਿਹੜਾ ਹੈਗਾਗਾ ਇਹ ਤਕਰੀਬਨ 1.44 ਤੋਂ 1.38 g oz ਵਾਲੇ ਸਿਟਰਿਕ ਐਸਿਡ ਦੇ ਭਰਪੂਰ ਸਰੋਤਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਕਿਉਂਕਿ ਇਹਦੀ ਮਾਤਰਾ ਇੰਨੀ ਕਿ ਜਿਹੜੀ ਆ ਤਕਰੀਬਨ ਇਸ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਆ ਵਪਾਰਕ ਤੌਰ ਦੇ ਉੱਪਰ ਉਪਲਬਧ ਨਿੰਬੂ ਪਾਣੀ ਅਤੇ ਹੋਰ ਜੂਸ ਉਤਪਾਦਾਂ ਦੀ ਜਿਹੜੀ ਸਿਟਰਿਕ ਐਸਿਡ ਸਮੱਗਰੀ ਹੁੰਦੀ ਹੈ ਉਹ 0.03 ਤੋਂ ਲੈ ਕੇ 0.5 g ਦੇ ਵਿਆਪਕ ਤੌਰ ਦੇ ਉੱਪਰ ਮਾਪੀ ਜਾਂਦੀ ਹੈ ਜੇ ਬਖਰੀ ਹੁੰਦੀ ਹੈਗੀ ਆ ਬਟ ਨਿੰਬੂ ਦਾ ਰਸ ਜਿਹੜਾ ਹੈਗਾਗਾ ਉਹਦੇ ਵਿੱਚ ਇਸ ਦੀ ਮਾਤਰਾ ਸਿਟਰਿਕ ਐਸਿਡ ਦੀ ਉਹ ਜ਼ਿਆਦਾ ਹੁੰਦੀ ਹੈ ਜਾਂ ਭਰਪੂਰ ਹੁੰਦੀ ਹੈਗੀ ਆ ਓਕੇ ਨੈਕਸਟ ਹੈ ਚਰੰਜ ਨੰਬਰ ਹੇਠ ਲਿਖਿਆਂ ਦੇ ਵਿੱਚੋਂ ਕਿਸ ਦਾ ਪੀਐਚ ਮਾਣ 0 ਦੇ ਨੇੜੇ ਹੁੰਦਾ ਹੈ ਕੇਂਦ੍ਰਿਤ ਹਾਈਡਰੋਕਲੋਰਿਕ ਐਸਿਡ ਬੇਕਿੰਗ ਸੋਡਾ ਅਮੋਨੀਆ ਜਾਂ ਸ਼ੁੱਧ ਜਲ ਸੋ ਇਹਨਾਂ ਦੇ ਵਿੱਚੋਂ ਪੀਐਚ ਮਾਣ ਬਿਲਕੁਲ 0 ਦੇ ਨੇੜੇ ਹੁੰਦਾ ਹੈਗਾ ਸੈਂਟਰੇਟ ਹਾਈਡਰੋਲਿਕ ਐਸਿਡ ਇਹਦਾ ਜਿਹੜਾ ਪੀਐਚ ਮਾਣ ਰਹਿੰਦਾ ਹੈ ਉਹ ਬਿਲਕੁਲ 0 ਰਹਿੰਦਾ ਹੈ ਸਾਰਿਆਂ ਨਾਲੋਂ ਘੱਟ ਹੁੰਦਾ ਹੈ 0 ਦੇ ਵਿੱਚ ਆਉਂਦਾ ਹੈ ਠੀਕ ਹੈ ਜਿਹਨੂੰ ਕੇਂਦ੍ਰਿਤ ਹਾਈਡਰੋਕਲੋਰਿਕ ਐਸਿਡ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਕਿਆਂਗੇ पीएच ਮੁੱਲਾਂ ਦੀ ਆਮ ਰੇਜ ਜਿਹੜੀ ਹੁੰਦੀ ਆ ਉਹ 0 ਤੋਂ ਲੈ ਕੇ 14 ਦੇ ਵਿੱਚਕਾਰ ਹੁੰਦੀ ਹੈਗੀ ਆ ਜਿਸ ਦੇ ਵਿੱਚ 0 ਜਿਹੜਾ ਹੁੰਦਾ ਹੈ ਉਹ ਕੇਂਦ੍ਰਿਤ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ ਜਿਹੜਾ ਕਿ ਇੱਕ एमएचसी ਦੇ ਮੁੱਲ ਦਾ ਹੁੰਦਾ ਹੈ ਗੱਗਾ ਸ਼ੁੱਧ ਪਾਣੀ ਦਾ ਜਿਹੜਾ ਕਿਸ ਦੇ ਨਿਰਪੱਖ ਪੀਐਚ ਮਾਨ ਹੁੰਦਾ ਹੈ ਉਹ 7 ਹੁੰਦਾ ਹੈ 0 ਦੇ ਉੱਪਰ ਜਿਹੜਾ ਹੈਗਾ ਬਈ ਕੇਂਦ੍ਰਿਤ ਹਾਈਡਰੋਕਲੋਰਿਕ ਐਸਿਡ ਆ ਚੁੱਕਿਆ ਹੈਗਾ ਗਾ ਓਕੇ ਅਤੇ ਜਿਹੜਾ ਪੀਐਚ ਮੁੱਲ ਹੈ ਪਾਣੀ ਦਾ ਸ਼ੁੱਧ ਪਾਣੀ ਦਾ ਉਹ ਸਤ ਹੋ ਚੁੱਕਿਆ ਹੈਗਾ ਗਏ ਤੇ ਠੀਕ ਹੈ ਤੇ ਕੇਂਦ੍ਰਿਤ ਸੋਡੀਅਮ ਤਿਆ ਰੱਖਿਓ ਕੇਂਦ੍ਰਿਤ ਸੋਡੀਅਮ ਹਾਈਡਰੋਕਸਾਈਡ ਜਿਹੜਾ ਹੈਗਾਗਾ ਸੋ ਉਹਦਾ ਜਿਹੜਾ ਪੀ ਐਚ ਮੁੱਲ ਹੁੰਦਾ ਹੈ ਉਹ 14 ਹੁੰਦਾ ਹੈ ਜੋ ਕਿ 1 ਐਮ ਐਨ ਏ OH ਦੇ ਲਈ ਹੁੰਦਾ ਹੈ ਇਹਦਾ ਫਾਰਮੂਲਾ ਹੁੰਦਾ ਹੈ ਠੀਕ ਹੈ ਸੋ ਇਹ 2 3 ਤੁਸੀਂ ਤਾਂ ਯਾਦ ਰੱਖਣੇ 0 ਤੇ ਉੱਪਰ ਹੁੰਦਾ ਹੈ ਕੇਂਦ੍ਰਿਤ ਹਾਈਡਰੋਕਲੋਰਿਕ ਐਸਿਡ 7 ਜੋ ਕਿ ਬਿਲਕੁਲ ਸੈਂਟਰ ਦੇ ਵਿੱਚ ਹੁੰਦਾ ਹੈ ਨਿਰਪੱਖ ਹੁੰਦਾ ਹੈ ਨਿਊਟਰਲ ਅਵਸਥਾ ਹੁੰਦੀ ਹੈ ਉੱਥੇ ਸ਼ੁੱਧ ਪਾਣੀ ਹੁੰਦਾ ਹੈ ਤੇ 14 ਦੇ ਉੱਪਰ ਜੋ ਕਿ ਸਭ ਤੋਂ ਅਧਿਕ ਹੁੰਦਾ ਹੈ ਉਹਨੂੰ ਕਿਹਾ ਜਾਂਦਾ ਹੈ ਕੇਂਦ੍ਰਿਤ ਸੋਡੀਅਮ ਹਾਈਡਰੋਆਕਸਾਈਡ 55 ਨੰਬਰ ਕੁਐਸਚਨ ਹੈ ਮਾਨਵ ਸਰੀਰ ਦੇ ਕਿਸ ਪੀਐਚ ਸੀਮਾ ਦੇ ਅੰਦਰ ਕਾਰਜ ਕਰਦਾ ਹੈ 8 8.0 ਤੋਂ ਲੈ ਕੇ 8.9 ਤੱਕ 6 ਤੋਂ ਲੈ ਕੇ 6.2 ਤੱਕ 7 ਤੋਂ ਲੈ ਕੇ 7.8 ਤੱਕ 9.3 ਤੋਂ ਲੈ ਕੇ 9.6 ਤੱਕ ਮਾਨਵ ਸਰੀਰ ਜਿਹੜਾ ਹੈ ਉਹ ਇਹਨਾਂ ਦੇ ਵਿੱਚੋਂ 7 ਤੋਂ ਲੈ ਕੇ 7.8 ਪੀਐਚ ਸੀਮਾ ਦੇ ਅੰਦਰ ਜਿਹੜਾ ਆਪਣਾ ਕੰਮ ਕਰਦਾ ਹੈ ਮਤਲਬ ਕਿ ਇਹਦੇ ਅੰਦਰ ਅੰਦਰ ਸਾਰਾ ਕੁਝ ਇਸ ਦੇ ਵਿੱਚ ਵਾਪਰਦਾ ਜਿੱਦੇ ਦਰਾਂ ਨੂੰ ਹੋ ਆਪਣੇ ਸਰੀਰ ਨੂੰ ਬਚਾਉਂਦਾ ਵੀ ਹੈ ਸੁਰੱਖਿਤ ਵੀ ਰੱਖਦਾ ਹੈਗਾ ਤੇ ਇਹਦੇ ਅੰਦਰ ਹੀ ਜਿਹੜਾ ਹੈ ਉਹ ਆਪਣਾ ਕੰਮ ਵੀ ਕਰਦਾ ਹੈ ਖੂਨ ਦੀ ਜਿਹੜੀ ਸਰਵਿਸ ਹੈ ਉਹ ਵੀ ਹੁੰਦੀ ਰਹਿੰਦੀ ਹੈ ਮਤਲਬ ਇੱਕ ਸਾਧੂ ਦੂਸਰੀ ਜਗ੍ਹਾ ਦੇ ਵਿੱਚ ਜਿਹੜਾ ਮੋਬ ਹੁੰਦਾ ਰਹਿੰਦਾ ਹੈ ਉਹ 7. 35 ਤੋਂ ਲੈ ਕੇ 7.45 ਤੱਕ ਜਦੋਂ ਧਮਣੀ ਦਾ ਖੂਨ ਜਿਹੜਾ ਹੈ ਉਹ ਸਰਕਲ ਕਰਦਾ ਹੈ ਸਾਡੇ ਸਰੀਰ ਦੇ ਵਿੱਚ ਨੈਕਸਟ ਹੈ ਜੀ 56 ਨੰਬਰ ਸਮੁੰਦਰੀ ਜਲ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਪਾਏ ਜਾਣ ਵਾਲੇ ਨਮਕ ਦਾ ਰਸਾਇਣਿਕ ਨਾਮ ਕੀ ਹੈ ਸੋਡੀਅਮ ਨਾਈਟ੍ਰੇਟ ਸੋਡੀਅਮ ਸਟੇਟ ਸੋਡੀਅਮ ਕਲੋਰਾਇਡ ਜਾਂ ਸੋਡੀਅਮ ਟਾਰਟਰੇਟ ਵੈਰੀ ਵੈਰੀ ਇੰਪੋਰਟੈਂਟ ਸਮੁੰਦਰ ਜਲ ਦੇ ਵਿੱਚ ਜਿਹੜਾ ਨਮਕ ਪਾਇਆ ਜਾਂਦਾ ਹੈਗਾ ਸੋ ਉਹਦਾ ਜਿਹੜਾ ਰਸਾਇਣਿਕ ਨਾਮ ਹੈ ਸੋ ਉਹ ਕੀ ਹੈ ਜੀ ਉਸਦਾ ਨਾਮ ਹੈ ਸੋਡੀਅਮ ਕਲੋਰਾਈਡ ਸੋਡੀਅਮ ਕਲੋਰਾਈਡ ਜਿਹੜਾ ਹੈ ਇਹ ਸਮੁੰਦਰ ਦੇ ਵਿੱਚ ਪਾਇਆ ਜਾਣ ਵਾਲਾ ਜਿਹੜਾ ਨਮਕ ਹੈ ਜਿਸ ਦਾ ਰਸਾਇਣਿਕ ਨਾਮ ਸੋਡੀਅਮ ਕਲੋਰਾਈਡ ਆ ਜਾਂਦਾ ਹੈ ਗੱਗਾ ਸੋਡੀਅਮ ਕਲੋਰਾਈਡ ਜਿਹੜਾ ਹੈ ਇਹ ਲੂਣ ਦੇ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਇਹਦਾ ਰਸਾਇਣਿਕ ਫਾਰਮੂਲਾ NaCl ਜਿਹੜਾ ਹੈ ਰਹਿੰਦਾ ਹੈਗਾਗਾ ਅਤੇ ਇਹ ਆਇਨਿਕ ਮਿਸ਼ਰਣ ਤੋਂ ਬਣਿਆ ਹੁੰਦਾ ਹੈ ਮਤਲਬ ਕਿ ਸੋਡੀਅਮ ਅਤੇ ਕਲੋਰਾਈਡ ਇਹਨਾਂ ਦੋਨਾਂ ਦੇ 1:1 ਅਨੁਪਾਤ ਇੱਕ ਦੇ ਔਨ ਸਾਰੇ ਇਸ ਨੂੰ ਜਿਹੜਾ ਹੈ ਬਣਾਇਆ ਜਾਂਦਾ ਹੈ ਜਾਂ ਦਰਸਾਇਆ ਜਾਂਦਾ ਹੈਗਾਗਾ ਅਤੇ ਸੋਡੀਅਮ ਕਲੋਰਾਇਡ ਜਿਹੜਾ ਹੈ ਇਹ ਮੁੱਖ ਤੌਰ ਦੇ ਉੱਪਰ ਜਿਹੜਾ ਹੈ ਇੱਕ ਮਸਾਲੇ ਅਤੇ ਭੋਜਨ ਦੇ ਰੱਖਕ ਦੇ ਵਜੋਂ ਜਿਹੜਾ ਹੈ ਵਰਤਿਆ ਜਾਂਦਾ ਹੈ ਇੱਕ ਮਸਾਲੇ ਦੇ ਵਜੋਂ ਤੇ ਦੂਸਰਾ ਭੋਜਨ ਦੇ ਰੱਖਕ ਦੇ ਵਜੋਂ ਇਸ ਦਾ ਜਿਹੜਾ ਹੈ ਉਪਰਯੋਗ ਕੀਤਾ ਜਾਂਦਾ ਹੈ ਨੈਕਸਟ ਹੈ 57 ਨੰਬਰ ਇੱਕ ਤਰਲਾ ਪੀ ਐਚ ਮਾਨ ਪੀ ਐਚ ਮਾਨ ਹੋਵੇਗਾ ਤੇ ਠੀਕ ਹੈ 7 ਪਾਇਆ ਗਿਆ ਹੈ ਇਹ ਕਿਹੜਾ ਤਰਲ ਪਦਾਰਥ ਹੋਂ ਦੀ ਸੁਭਾਵਨਾ ਹੈ ਖਾਰਾ ਹੋਵੇਗਾ ਐਸਿਡ ਹੋਵੇਗਾ ਪਾਣੀ ਹੋਵੇਗਾ ਜਾਂ ਨਕੀਨ ਹੋਵੇਗਾ ਪਿਛਲੇ ਕਈ ਕੁਐਸਚਨਸ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਵੀ ਕਿਸੇ ਤਰਲ ਪਦਾਰਥ ਦਾ ਪੀਐਚ ਮਾਣ 7 ਹੋਵੇਗਾ ਤੇ ਸ਼ੁੱਧ ਪਾਣੀ ਹੋਵੇਗਾ ਨਿਊਟਰਲ ਅਵਸਥਾ ਹੋਵੇਗੀ ਠੀਕ ਹੈ ਸ਼ੁੱਧ ਪਾਣੀ ਜਿਹੜਾ ਹੈ ਉਹ 7 ਪੀਐਚ ਮਾਣ ਦੇ ਉੱਪਰ ਪਾਇਆ ਜਾਂਦਾ ਹੈ ਤੇ ਤਰਲ ਅਵਸਥਾ ਦੇ ਵਿੱਚ ਲਿਕਵਿਡ ਫਾਰਮ ਦੇ ਵਿੱਚ ਮੌਜੂਦ ਹੁੰਦਾ ਹੈ 58 ਨੰਬਰ ਹੈ ਜੀ ਜਦੋਂ ਨੀਲੇ ਲਿਟਮਸ ਨੂੰ ਕਿਸੇ ਅਗਿਆਤ ਤਰਲ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਲਾਲ ਹੋ ਜਾਂਦਾ ਹੈ ਇਸ ਦੇ ਵਿੱਚ ਅਗਿਆਤ ਤਰਲ ਕਿਹੜੀ ਹੈ ਅਮਲ ਹੈ ਨਮਕੀਨ ਹੈ ਖਾਰਾ ਹੈ ਜਾਂ ਫਿਰ ਜਲ ਹੈ ਤਾਂ ਅਮਲ ਜਿਹੜਾ ਹੈ ਮਤਲਬ ਕਿ ਐਸਿਡ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਅੰਗੇ ਐਸਿਡ ਵਾਲੀ ਅਵਸਥਾ ਹੈ ਜਦੋਂ ਆਪਾਂ ਨੀਲੇ ਲਿਟਮਸ ਨੂੰ ਇਹਦੇ ਵਿੱਚ ਪਾਉਣੇ ਹੈਗੇ ਤਾਂ ਇਹਦਾ ਰੰਗ ਜਿਹੜਾ ਉਹ ਲਾਲ ਹੋ ਜਾਂਦਾ ਹੈ ਤੇ ਜਦੋਂ ਆਪਾਂ ਤੇਜ਼ਾਬ ਦੇ ਵਿੱਚ ਲਾਲ ਰੰਗ ਦਾ ਲਿਟਮਸ ਪਾਉਣੇ ਤਾਂ ਉਹਦਾ ਰੰਗ ਨੀਲਾ ਹੋ ਜਾਂਦਾ ਇਹ ਕੁਐਸਚਨ ਵੀ ਆਪਾਂ ਪਹਿਲਾਂ ਕਰ ਚੁੱਕੇ ਹੈਗੇ ਅੰਗੇ ਓਕੇ ਨੈਕਸਟ ਹੈ ਜੀ 59 ਨੰਬਰ ਤਜਾਬੀ ਮੀਂਹ ਦੌਰਾਨ ਪਾਣੀ ਦਾ ਪੀਐਚ ਕੀ ਹੁੰਦਾ ਹੈਗਾਗਾ ਪੀਐਚ ਮਾਨ ਕਿੰਨਾ ਹੁੰਦਾ ਹੈ 6.5.6 ਤੋਂ ਅਧਿਕ 6 ਤੋਂ 8.5 ਦੇ ਵਿਚਕਾਰ 5.6 ਦੇ ਬਰਾਬਰ ਜਾਂ 5.6 ਤੋਂ ਘੱਟ ਜਦੋਂ ਕਿ ਤੇ ਤਜਾਬੀ ਵਰਖਾ ਹੁੰਦੀ ਹੈਗੀ ਹੈਗੀ ਐਸਿਡ ਰੇਨ ਹੁੰਦੀ ਹੈ ਤਾਂ ਉਹਦਾ ਜਿਹੜਾ ਪੀਐਚ ਮਾਨ ਸਾਨੂੰ ਦੇਖਣ ਨੂੰ ਮਿਲਦਾ ਹੈਗਾਗਾ ਸੋ ਹੁੰਦਾ ਹੈ ਜੀ 5.6 ਤੋਂ ਘੱਟ 5.6 ਤੋਂ ਘੱਟ ਹੋਗਾ ਕਿਉਂਕਿ ਪੀਐਚ 7 ਤੋਂ ਜਿਹੜੇ ਘੱਟ ਵਾਲੇ ਹੋਣਗੇ ਉਹਨਾਂ ਨੂੰ ਆਪਾਂ ਤਜਾਬੀ ਅਵਸਥਾਵਾਂ ਦੇ ਵਿੱਚ ਰੱਖਦੇ ਆਂ pH 7 ਤੋਂ ਜਿਹੜੇ ਵੱਧ ਹੋਣਗੇ ਉਹਨਾਂ ਨੂੰ ਆਪਾਂ ਖਾਰੇਪਣ ਵਾਲੀ ਅਵਸਥਾ ਦੇ ਵਿੱਚ ਰੱਖਦੇ ਹੁੰਨੇ ਹਾਂ ਕਿਹਾਗੇ ਓਕੇ ਇਹ ਮੈਂ pH ਮਾਣ ਦਾ ਜਿਹੜਾ ਸਕੇਲ ਹੈ ਤੁਹਾਨੂੰ ਲਗਾ ਦਿੱਤਾ ਹੈ ਇਹਦੇ ਉੱਪਰ ਟੋਟਲ ਜਿਹੜੇ 14 ਅੰਕ ਹੁੰਦੇ ਹੈਗੇ ਆ ਲਾਸਟ ਦੇ ਵਿੱਚ 14 ਹੈ ਓਕੇ ਅਤੇ ਸਭ ਤੋਂ ਇਧਰ ਘੱਟ ਆਉਂਦਾ ਹੈ ਜਿਹੜਾ ਉਹ ਆਉਂਦਾ ਹੈ 0 ਠੀਕ ਹੈ ਜੀ ਇਹਨਾਂ ਸਾਰਿਆਂ ਦੇ ਮੈਂ ਡਰਿੰਕ ਦੇ ਵਿੱਚ ਕਹਿ ਸਕਦੇ ਆ ਮਤਲਬ ਪੂਰੀ ਬਣਾਈ ਹੋਈ ਹੈਗੀ ਇਹਨਾਂ ਦੀ ਜਿਵੇਂ ਕਿ 0 ਪੀਐਚ মান ਦੇ ਉੱਪਰ ਜਿਹੜੇ ਪਾਇਆ ਜਾਂਦਾ ਹੈ ਉਹਨੂੰ ਬੈਟਰੀ ਐਸਿਡ ਕਿਹਾ ਜਾਂਦਾ ਹੈਗਾ ਓਕੇ ਇਸ ਤੋਂ ਇਲਾਵਾ 2 ਪੀਐਚ ਦੇ ਉੱਪਰ ਜਿਹੜਾ ਪਾਇਆ ਜਾਂਦਾ ਉਹ ਲੈਮਨ ਜੂਸ ਆ ਜਾਂਦਾ ਹੈਗਾ ਤਿੰਨ ਦੇ ਉੱਪਰ ਜਿਹੜਾ ਹੁੰਦਾ ਹੈ ਉਹ ਵੈਗਨਰ ਆ ਜਾਂਦਾ ਹੈਗਾ ਓਕੇ ਵੈਨਗਰ ਆ ਜਾਂਦਾ ਹੈ ਅਤੇ 4 ਤੇ 5 ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਕਿਹਾ ਗਿਆ ਉਹ ਐਸਿਡ ਰੇਨ ਆ ਜਾਂਦੀ ਹੈਗੀ ਹੈਗੀ ਅਤੇ 5 ਤੇ 6 ਦੇ ਵਿਚਕਾਰ ਕਲੀਨ ਰੇਨ ਮਤਲਬ ਕਿ ਜਿਹੜੀ ਸਾਫ ਰੇਨ ਹੁੰਦੀ ਹੈਗੀ ਹੈ ਮੀਂਹ ਹੁੰਦਾ ਹੈ ਜਿਹੜਾ ਉਹ ਆ ਜਾਂਦਾ ਹੈਗਾ 7 ਦੇ ਉੱਪਰ ਪੀਐਚ ਦੇ ਉੱਪਰ ਪਿਓਰ ਵਾਟਰ ਯਾਨੀ ਕਿ ਸ਼ੁੱਧ ਵਾਟਰ ਜਿਹੜਾ ਹੈ ਉਸ ਨੂੰ ਮੌਜੂਦ ਕੀਤਾ ਜਾਂਦਾ ਹੈਗਾ ਐਸ ਤੋਂ ਇਲਾਵਾ 9 ਤੇ 8 ਦੇ ਵਿਚਕਾਰ ਪੀਐਚ ਦੇ ਵਿਚਕਾਰ ਆਉਂਦਾ ਜਿਹੜਾ ਉਹਨੂੰ ਸੀ ਵਾਟਰ ਕਿਹਾ ਜਾਂਦਾ ਹੈਗਾ ਸਾਗਰੀ ਪਾਣੀ ਜਿਹੜਾ ਹੈ ਉਹ ਇਸ ਟਾਈਪ ਦਾ ਹੁੰਦਾ ਹੈਗਾ 10 ਤੇ 11 ਪੀਐਚ ਦੇ ਵਿਚਕਾਰ ਜਿਹੜਾ ਹੁੰਦਾ ਹੈ ਉਹਨੂੰ ਮਿਲਕ ਆਫ ਮੈਗਨੀਸ਼ੀਆ ਕਿਹਾ ਜਾਂਦਾ ਹੈਗਾ ਅਤੇ 11 ਪੀਐਚ ਦੇ ਉ ਜਾਂਦਾ ਹੈ ਉਹਨੂੰ ਅਮੋਨੀਆ ਕਿਹਾ ਜਾਂਦਾ ਹੈਗਾ 13 ਪੀਐਚ ਦੇ ਉੱਪਰ ਜਿਹੜਾ ਮਿਲਦਾ ਹੈ ਸਾਨੂੰ ਉਹਨੂੰ ਬਲੀਚ ਕਿਹਾ ਜਾਂਦਾ ਹੈਗਾ ਤੇ 14 ਦੇ ਉੱਪਰ ਜਿਹੜਾ ਹੈ ਉਹ ਡレイン ਕਲੀਨਰ ਜਿਹੜਾ ਹੈ ਉਹ ਆ ਜਾਂਦਾ ਹੈ ਇੱਥੇ ਤੁਸੀਂ ਯਾਦ ਰੱਖਣਾ ਹੈ 2. ਖਾਸ ਤੌਰ ਦੇ ਉੱਪਰ ਕਿ ਜਿਹੜਾ 7 7 ਪੀਐਚ ਦੇ ਮਾਣ ਦੇ ਉੱਪਰ ਹੁੰਦਾ ਹੈ ਉਹ ਹੁੰਦਾ ਹੈ ਨਿਊਟਰਲ ਮਤਲਬ ਕਿ ਬਿਲਕੁਲ ਸਹੀ ਚੀਜ਼ ਹੈ ਸ਼ੁੱਧ ਚੀਜ਼ ਹੁੰਦੀ ਹੈ ਕਿ ਕਿ ਉਸ ਤੋਂ ਬਾਅਦ ਜੇਕਰ ਕੋਈ 14 ਪੀਐਚ ਦਾ ਮਾਣ ਪਾਇਆ ਜਾਂਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਅਧਿਕ ਜਿਹੜਾ ਹੈ ਉਹ ਖਾਰਾਪਣ ਦੇਖਣ ਨੂੰ ਮਿਲਦਾ ਹੈ ਤੇ ਜਿਹੜਾ 0 ਦੇ ਵਿੱਚ ਆ ਜਾਂਦਾ ਹੈ ਉਹ ਸਭ ਤੋਂ ਜ਼ਿਆਦਾ ਜਿਹੜਾ ਹੈ ਤਜਾਬੀ ਅਵਸਥਾ ਦੇ ਵਿੱਚ ਆ ਜਾਂਦਾ ਹੈ ਏਪੀਐਚ ਮਾਣ ਸਕੇਲ ਜਿਹੜਾ ਹੈ ਸਾਨੂੰ ਇਸ ਤਰੀਕੇ ਨਾਲ ਸ਼ੋ ਕਰਦਾ ਹੈ ਨੈਕਸਟ ਹੈ 60 ਨੰਬਰ ਲਾਸਟ ਕੁਐਸਚਨ ਆਜਦਾ ਹੈ ਹੇਡ ਲਿਖਣ ਦੇ ਵਿੱਚੋਂ ਕਿਹੜੀ ਧਾਤੂ ਦੇ ਵਿੱਚ ਗਲੇਨਾ ਨਾਮਕ ਧਾਤੂ ਹੈ ਨਿਕਲ ਦੇ ਵਿੱਚ ਤਾਂਬੇ ਦੇ ਵਿੱਚ ਲੋਹੇ ਦੇ ਵਿੱਚ ਜਾਂ ਸ਼ੀਸ਼ੇ ਦੇ ਵਿੱਚ ਸੋ ਹੈ ਜੀ ਸ਼ੀਸ਼ੇ ਦੇ ਵਿੱਚ ਜਿਹਨੂੰ ਲੀਡ ਵੀ ਕਿਹਾ ਜਾਂਦਾ ਹੈਗਾਗਾ ਇਹ ਧਾਤੂ ਜਿਹੜੀ ਹੈ ਗਲੇਨਾ ਨਾਮਕ ਧਾਤ ਹੈਗੀ ਹੈ ਤੇ ਸ਼ੀਸ਼ੇ ਦੇ ਵਿੱਚ ਇਸ ਧਾਤ ਨੂੰ ਜਿਹੜਾ ਹੈ ਪਾਇਆ ਜਾਂਦਾ ਹੈ ਗਲੇਨਾ ਨਾਮ ਜਿਹੜਾ ਹੈ ਜਿਸ ਨੂੰ ਕਿ ਲੀਡ ਗਲੈਂਸ ਵੀ ਕਿਹਾ ਜਾਂਦਾ ਹੈ ਲੀਡ ਮਤਲਬ ਕਿ ਬਲਾਸਟ ਠੀਕ ਹੈ ਸੋ ਇਸ ਤਿਹਾਰ ਦੇ ਪਰਪੰਦਾ ਹੈ ਲਿੰਦਾ ਜਿਹੜਾ ਸਾਈਕਲ ਹੈ ਉਸ ਤਰੀਕੇ ਦੇ ਨਾਲ ਹੈ ਤੇ ਸਲਫਾਈਡ ਜਿਹੜਾ ਹੈ ਉਹ ਪੀਬੀਐਸ ਦੇ ਕੁਦਰਤੀ ਖनिज ਰੂਪ ਦੇ ਵਿੱਚ ਜਿਹੜਾ ਹੈ ਮੌਜੂਦ ਹੈ ਗਗ ਗਲੇਨਾ ਜਿਹੜਾ ਹੈ ਸਭ ਤੋਂ ਵੱਧ ਭਰਪੂਰ ਤੇ ਵਿਆਪਕ ਤੌਰ ਦੇ ਉੱਪਰ ਵੰਡੇ ਸਲਫਾਈਡ ਖਣਿਜਾਂ ਦੇ ਵਿੱਚੋਂ ਇੱਕ ਖਣਿਜ ਮੰਨਿਆ ਜਾਂਦਾ ਹੈ ਸੋ ਇਹ ਕੁਝ ਇਸ ਟਾਈਪ ਦਾ ਹੁੰਦਾ ਹੈ ਨਾਲ ਮੈਂ ਦੀ ਪਿਕਚਰ ਵੀ ਜਿਹੜੀ ਹੈ ਉਹ ਐਡ ਕਰ ਦਿੱਤੀ ਹੈ ਗਿਆ ਐਸੀ ਕਿ ਅੱਜ ਦੇ ਆਪਣੇ 20 MCQ ਜੋ ਕਿ ਸਾਇੰਸ ਦੇ ਸੀਗੇ ਸੋ ਇਸ ਤਰੀਕੇ ਦੀਆਂ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕਲਾਸ ਜਿੱਥੇ ਆਪਾਂ ਪ੍ਰੋਵਾਈਡ ਕਰਾਂਗੇ ਉਮੀਦ ਕਰਦਾ ਹਾਂ ਤੁਹਾਡੇ ਲਈ ਇਹ ਸੈਸ਼ਨ ਬਹੁਤ ਜ਼ਿਆਦਾ ਹੈਲਪਫੁਲ ਰਿਹਾ ਹੋਊਗਾ ਸੋ ਜੇਕਰ ਕਿਸੇ ਤਰ੍ਹਾਂ ਦਾ ਕੋਈ ਸਜਾ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਕਮੀ ਬੀਸ਼ੈਸ ਉਸ ਨੂੰ ਪਲੀਜ਼ ਕਮੈਂਟ ਬਾਕਸ ਦੇ ਵਿੱਚ ਮੈਂਸ਼ਨ ਕਰਦਿਆ ਕਰੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਦਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਥੈਂਕ ਯੂ ਸੋ ਮੱਚ